ਹੁਣ ਕਿਸੇ ਵੀ ਤਰ੍ਹਾਂ ਦੀ ਡਿਸ਼ ਕੇਬਲ ਜਾਂ ਬਾਕਸ ਤੋਂ ਬਿਨਾ ਦੇਖੋ ਪ੍ਰਾਈਮੇਅਰ ਸ਼ਾ ਟੀਵੀ ਬਿਲਕੁਲ ਫ੍ਰੀ ਜੇਕਰ ਤੁਹਾਡੇ ਕੋਲ ਸੈਮਸੰਗ ਐਲਜੀ ਰੋਕੂ ਐਪਲ ਟੀਵੀ ਜਾਂ ਹੋਰ ਕੋਈ ਵੀ ਸਮਾਰਟ ਟੀਵੀ ਹੈ ਤਾਂ ਪ੍ਰਾਈਮੇਅਰ ਸ਼ਾ ਟੀਵੀ ਦੀ ਐਪ ਸਰਚ ਕਰਕੇ ਇੰਸਟਾਲ ਕਰ ਲਓ ਤੁਸੀਂ ਜਿਸ ਵੀ ਦੇਸ਼ 'ਚ ਰਹਿੰਦੇ ਹੋ ਉਥੋਂ ਦੇ ਪ੍ਰੋਗਰਾਮ ਤੇ ਖਬਰਾਂ ਵੇਖ ਸਕਦੇ ਹੋ ਕਿਉਂਕਿ ਹੁਣ ਹਰ ਦੇਸ਼ ਲਈ ਵੱਖਰਾ ਪ੍ਰਾਈਮੇਅਰ ਸ਼ਾ ਟੀਵੀ ਚੈਨਲ ਹੈ ਜਿਵੇਂ ਕੈਨੇਡਾ ਯੂ ਐਸ اے ਯੂ ਕੇ ਯੂਰਪ ਨਿਊਜ਼ੀਲੈਂਡ ਆਸਟ੍ਰੇਲੀਆ ਤੇ ਇੰਡੀਆ ਇਹ ਐਪ ਤੁਸੀਂ ਕਰਦੇ ਸਾਰੇ ਸਮਾਰਟ ਟੀਵੀਸ ਤੇ ਡਾਊਨਲੋਡ ਕਰ ਸਕਦੇ ਹੋ ਬਿਲਕੁਲ ਫ੍ਰੀ ਪ੍ਰਾਈਮੇਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ ਜੇ ਤੁਸੀਂ ਪ੍ਰਾਈਮੇਸ਼ੀਆ ਟੀਵੀ ਦੇਖਦੇ ਹੋ ਅਸੀਂ ਬਜ਼ੁਰਗਾਂ ਦੇ ਤੁਹਾਡੇ ਪੋਤਾਂ ਭਤੀਜੇ ਆ ਜੇ ਤੁਹਾਨੂੰ ਕੋਈ ਉਹਦੇ ਵਿੱਚ ਕਮੀ ਵੇਸ਼ੀ ਲੱਗੀ ਕੋਈ ਤੁਹਾਡਾ ਸਵਾਲ ਹੋਇਆ ਕੋਈ ਸਾਨੂੰ ਸੁਝਾਅ ਦੇਣਾ ਹੋਇਆ ਤੱਤਾ ਠੰਡਾ ਜਿੱਦਾਂ ਦਾ ਮਰਜ਼ੀ ਦਿਓ ਅਸੀਂ ਉਸ ਗੱਲ ਦੀ ਤੁਹਾਡੇ ਕੋਲ ਉਮੀਦ ਰੱਖਦੇ ਹਾਂ ਕਿ ਤੁਸੀਂ ਸਾਨੂੰ ਦੱਸੋਗੇ ਜਰੂਰ ਜਿਹੜੇ ਮੁੱਦੇ ਅਸੀਂ ਨਹੀਂ ਸ਼ੋਅ ਸਕੇ ਅੱਜ ਤੱਕ ਤੁਹਾਨੂੰ ਲੱਗਦਾ ਸੀ ਕਿ ਵੱਧ ਸ਼ਿੱਦਤ ਦੇ ਨਾਲ ਸਾਨੂੰ ਸ਼ੋਹਣੇ ਚਾਹੀਦੇ ਆ ਪੰਜਾਬ ਦੇ ਭਲੇ ਦੇ ਲਈ ਤੁਸੀਂ ਸਾਨੂੰ ਉਹ ਵੀ ਦੱਸਿਓ ਜਿੱਥੇ ਸਾਨੂੰ ਲੱਗਦਾ ਕਿ ਅਸੀਂ ਗਲਤ ਤਰੀਕੇ ਦੇ ਨਾਲ ਕੋਈ ਮੁੱਦਾ ਸ਼ੋਅ ਲਿਆ ਸਾਨੂੰ ਉਹ ਵੀ ਦੱਸ ਦਿਓ ਜੇ ਕਿਤੇ ਲੱਗਦਾ ਹੋਇਆ ਕਿ ਭਾਈ ਚੰਗੇ ਤਰੀਕੇ ਦੇ ਨਾਲ ਕੋਈ ਕੰਮ ਕਰਨ ਦੇ ਵਿੱਚ ਕਾਮਯਾਬ ਹੋਏ ਆ ਤਾਂ ਫਿਰ ਤੁਸੀਂ ਉਹ ਵੀ ਦੱਸ ਦਿਓ ਪਰ ਮੈਂ ਇੱਕ ਬੇਨਤੀ ਤੁਹਾਨੂੰ ਫੇਰ ਕਰ ਦਿੰਨਾ ਕਿ মিডিਆ ਵਾਲਿਆਂ ਨੂੰ ਕੱਸ ਕੇ ਰੱਖਿਓ ਚਾਹੇ ਅਸੀਂ ਆਂ ਚਾਹੇ ਕੋਈ ਹੋਰਾਂ ਚਾਹੇ ਅਸੀਂ ਟਾਈਮ ਤੋਂ ਲੇਟ ਹੁੰਨੇ ਆਂ ਚਾਹੇ ਅਸੀਂ ਰਾਹੋਂ ਕਰਾਏ ਪੈੰਨੇ ਆਂ ਸਾਨੂੰ ਖਿੱਚ ਕੇ ਰੱਖਿਓ ਜਿੰਨੇ ਖਿੱਚ ਕੇ ਰੱਖ ਸਕਦੇ ਹੋ ਕਿਉਂਕਿ ਅਸੀਂ ਰੱਸੀ ਤੇ ਤੁਰਦੇ ਹੁੰਨੇ ਆ ਤਿਲਕ ਕਿ ਕਿਸੇ ਪਾਸੇ ਵੀ ਡਿੱਗ ਸਕਦੇ ਆ ਚਾਹੇ ਉਹ ਕੰਮ ਕਰਨ ਵਾਲੇ ਬੰਦੇ ਕਰਮਚਾਰੀ ਹੋਣ ਤੇ ਚਾਹੇ ਉਹ ਮਾਲਕ ਹੋਣ ਮਾਲਕ ਵਿੱਚੇ ਬੈਠੇ ਆ ਮੈਂ ਸਾਰਿਆਂ ਦੀ ਗੱਲ ਕਰਦਾ ਜਿੰਨੇ ਵੀ মিডিਏ ادارے ਹੈਗੇ ਆ ਕਿਉਂਕਿ ਅੱਜ ਜਿੱਦਾਂ ਦਾ ਸਮਾਂ ਆ ਗਿਆ ਜਿੰਨਾ ਕ ਲੀਡਰਾਂ ਨੇ ਪੰਜਾਬ ਵਿਗਾੜਿਆ ਉਹਦੇ ਤੋਂ ਬਾਅਦ ਅਸੀਂ মিডিਆ ਵਾਲਿਆਂ ਨੇ ਵਿਗਾੜਿਆ ਚਾਹੇ ਅਸੀਂ ਆ ਤੇ ਚਾਹੇ ਕੋਈ ਹੋਰ ਇਸ ਕਰਕੇ ਮੈਂ ਜ਼ਰੂਰ ਮੈਂ ਦੁਬਾਰਾ ਜੇ ਬੋਲੂਗਾ ਪੰਜ ਸੱਤ 10 ਮਿੰਟ ਜਿਹੜੀਆਂ ਮੈਂ ਗੱਲਾਂ ਤੁਹਾਡੇ ਨਾਲ ਕਰਨੀਆਂ ਸੀ ਪਰ ਲੇਟ ਹੋਣ ਕਰਕੇ ਮੈਂ ਪਹਿਲਾਂ ਮਾਫੀ ਉਹ ਮੰਗੀ ਆ ਗਰ ਲਾਲ ਪਾਜੀ ਹੁਣ ਮੈਂ ਬੇਨਤੀ ਕਰਦਾ ਕਿ ਪਿੰਡੋਂ ਜਿਹੜਾ ਵੀ ਕੋਈ ਸੱਜਣ ਗੱਲ ਕਰਨੀ ਚਾਹੇ ਉਹ ਜ਼ਰੂਰ ਕਰੇ ਜੀ ਪਹਿਲਾਂ ਤਾਂ ਬਾਡ ਸਾਹਿਬ ਸਾਰੇ ਨਗਰ ਨਿਵਾਸੀਆਂ ਵੱਲੋਂ ਐਨ ਆਰ ਆਈ ਵੀਰਾਂ ਵੱਲੋਂ ಗ್ರಾಮ ਪੰਚਾਇਤ ਸਰਾਪੋਲਾ ਸਿੰਘ ਸਰਪੰਚ ਪ੍ਰਧਾਨ ਸਾਡੇ ਕਿਸਾਨ ਯੂਨੀਅਨ ਦੇ ਬੈਠੇ ਆ ਜ਼ਿਲ੍ਹਾ ਪ੍ਰਧਾਨ ਬਾਕੀ ਸੱਜਣ ਜਿੰਨੇ ਵੀ ਇੱਥੇ ਸੱਜਣ ਪਹੁੰਚੇ ਆ ਜਿੰਨੇ ਕਾਦਮ ਤੁਸੀਂ ਚੱਲ ਕੇ ਆਮਨ ਭਾਜੀ ਚੱਲ ਕੇ ਆ ਸੋਡੇ ਸਾਥੀ ਚੱਲ ਕੇ ਆ ਸਿਰ ਮੱਥੇ ਇਸ ਨਗਰ ਵੱਲੋਂ ਮੈਂ ਜਿੱਥੇ ਮੇਰਾ ਪਰਿਵਾਰ ਜੀ ਆਇਆਂ ਨੂੰ ਕਹਿੰਨਾ ਤੁਸੀਂ ਪਿਛਲੇ ਦਿਨੀ ਸਾਡੇ ਵਿਆਹ ਚ ਵੀ ਸ਼ਾਮਲ ਹੋਏ ਉਹਦੇ ਲਈ ਵੀ ਧੰਨਵਾਦ ਸ਼ੁਕਰਗੁਜ਼ਾਰਾਂ ਜਿਹੜੇ ਸੱਜਣ ਮਾਫੀ ਚਾਹਣਾ ਮੈਂ ਵੀ ਨਾਲ ਹੀ ਇਹਨਾਂ ਦੇ ਆ ਕਿਉਂਕਿ ਸਦਾ ਅਸੀਂ ਦਿੱਤਾ ਸੀ 6 ਵਜੇ ਦਾ ਦਿੱਤਾ ਸੀਗਾ ਥੋੜੇ ਜੇ ਲੇਟ ਹੋ ਗਏ ਮੇਰੀ ਵੀ ਕੋਈ ਉਹਦੇ ਚ ਗਲਤੀ ਆ ਕਿਉਂਕਿ ਮੈਂ ਸ਼ਾਇਦ ਪਹਿਲਾਂ 5 ਵਜੇ ਵੀ ਕਹਤਾ ਸੀ ਇਹਨਾਂ ਨੂੰ ਰਾਹ ਚ ਕੋਈ ਸੱਜਣ ਮਿੱਤਰ ਜਦੋਂ ਇਹਨਾਂ ਨੂੰ ਪਤਾ ਲੱਗਿਆ ਕੋਟਕਪੂਰੇ ਦੇ ਲਾਗੇ ਕਿਸੇ ਨੇ ਇਹਨਾਂ ਨੂੰ ਰੋਕ ਕੇ ਫੋਟੋ ਕਰਾਉਣੀਆਂ ਕਿਸੇ ਕੁੜੀ ਦਾ ਸਨਮਾਨ ਕਰਨਾ ਸੀ ਅਮਨ ਭਾਜੀ ਦਾ ਕੋਈ ਖਾਸ ਬੰਦੇ ਜਿਹੜੇ ਜਿਨ੍ਹਾਂ ਨਾਲ ਰਾਬਤਾ ਸੀਗਾ ਉਹ ਮਿਲ ਗਏ ਉਹਨਾਂ ਨੇ ਥੋੜਾ ਜਿਹਾ ਟਾਈਮ ਲਵਾਤਾ ਬਿਲਕੁਲ WhatsApp ਤੋਂ ਹੀ ਮਾਇੰਡ ਨਾ ਕਰੋ ਇਹ ਸੋਡਾ ਹੀ ਪਰਿਵਾਰ ਆ ਕੋਈ ਸਾਨੂੰ ਗਿਲਾ ਨਹੀਂਗਾ ਹੁਣ ਸਾਡੇ ਕੋਲੇ 10 ਮਿੰਟ ਵਾਧਾ ਲਾ ਦਿਓ ਇਹ ਹੀ ਬੇਨਤੀ ਆ ਵੀ ਹੁਣ ਨਾ ਕਾਲੀ ਕਰਿਓ ਹੁਣ ਜਿਹੜੀਆਂ ਚਿੱਤ ਚ ਗ ਨਾ ਜਦੋਂ ਕਿਸਾਨ ਅੰਦੋਲਨ ਚੱਲਿਆ ਇਸੇ ਗੁਰੂ ਘਰ ਚੋਂ ਬੱਸਾਂ ਜਾਂਦੀਆਂ ਸੀ ਇੱਥੋਂ ਹੀ ਰਾਸ਼ਨ ਦੇ ਜਿਹੜੇ ਟਰੱਕ ਜਾਂਦੇ ਸੀ ਤੇ ਇੱਥੋਂ ਹੀ ਜਿਹੜਾ ਸਾਰਾ ਪ੍ਰਬੰਧ ਕੀਤਾ ਗਿਆ ਸੀ ਉੱਥੇ ਸਾਡੇ ਬਹੁਤ ਸਾਰੇ ਸੱਜਣ ਇੱਥੇ ਉਹ ਆਏ ਹੋਏ ਆ ਜਿਹੜੇ ਉਸ ਵੇਲੇ ਕਿਸਾਨੀ ਅੰਦੋਲਨ ਚ ਪੂਰਾ ਸਾਲ-ਸਾਲ ਵੀ ਉੱਥੇ ਰਹੇ ਆ ਸੋ ਇਸ ਗੁਰੂ ਘਰ ਚੋਂ ਗਿਆ ਬਾਕੀ ਇੱਥੇ ਹੋਰ ਹਿਰਦ ਜਿਹੜੇ ਕਲੱਬਾਂ ਤੋਂ ਸਾਡੇ ਪ੍ਰਧਾਨ ਜੀ ਗੁਰਦੀਪ ਸਿੰਘ ਜੀ ਬੈਠੇ ਆ ਸਾਡੇ ਕਿਸਾਨ ਜੁਣਿਆਂ ਤੋਂ ਲਾਭ ਸਿੰਘ ਜੀ ਬੈਠੇ ਹੋਰ ਵੀ ਮੈਂ ਮਾਫੀ ਚਾਹੁੰਦਾ ਕਿਸੇ ਦਾ ਮੈਂ ਖਾਸ ਜ਼ਿਕਰ ਤਾਂ ਨਹੀਂ ਕਰਨਾ ਚਾਹੁੰਦਾ ਕਿ ਸੱਜਣ ਸਾਰੇ ਸਤਿਕਾਰਯੋਗ ਬਾੜ ਸਾਹਿਬ ਆਏ ਆ ਸਾਡਾ ਅਸੀਂ ਇੱਕੋ ਹੀ ਸ਼ਹਿਰ 'ਚ ਰਹਿੰਦੇ ਆ ਸਾਨੂੰ ਮਾਣ ਆ ਕਿ ਅਸੀਂ ਬਾੜ ਸਾਹਿਬ ਦੇ ਸ਼ਹਿਰ 'ਚ ਰਹਿੰਦੇ ਆ ਬਾਰ ਸਾਹਿਬ ਸਾਡੇ ਕੋਲੇ ਕੈਲਗਰੀ ਰਹਿੰਦੇ ਆ ਮੇਰਾ ਵੱਡਾ ਭਾਈ ਮੱਦੋਕਿਆਂ ਤੋਂ ਪਿੰਡੇ ਦਾ ਮੱਦੋਕਿਆਂ ਰੈਡੀਅਰ ਰਹਿੰਦਾ ਜਿੱਥੇ ਥੋੜੇ ਦਿਨ ਪਹਿਲਾਂ ਤੁਸੀਂ ਸ਼ਾਇਦ ਬਾੜ ਸਾਹਿਬ ਦੀ ਕਵਰੇਜ ਸੁਣੀ ਹੋਵੇ ਉੱਥੇ ਨਵਾਂ ਗੁਰੂ ਘਰ ਖੋਲਿਆ ਉਹ ਇਹਨਾਂ ਦੇ ਸ਼ਹਿਰ ਚ ਖੋਲਿਆ ਮੱਦੋਕਿਆਂ ਤੋਂ ਭਾਈ ਚੱਲ ਕੇ ਆ ਕੈਲਗਰੀ ਅਸੀਂ ਇਕੱਠੇ ਹੀ ਇੱਕੋ ਹੀ ਕਲੱਬ ਚ ਖੇਡਦੇ ਆ ਇਹ ਸਾਡੇ ਸੀਨੀਅਰ ਆ ਸਾਡੇ ਤੋਂ ਹਾਕੀ ਖੇਡਦੇ ਆ ਅਸੀਂ ਕਲੱਬ ਚ ਲਾਉਨੇ ਆ ਉੱਥੇ ਸੋ ਪਿੰਡ ਚ ਜੀ ਆਇਆਂ ਨੂੰ ਬਾੜ ਸਾਹਿਬ ਸਾਰੇ ਨਗਰ ਵੱਲੋਂ ਕੋਈ ਸਾਨੂੰ ਗਿਲਾ ਨਹੀਂ ਕੋਈ ਮਾਫੀ ਨਹੀਂ ਕੋਈ ਤੁਸੀਂ ਜੇ ਮਹਿਸੂਸ ਕੀਤਾ ਉਹਦੇ ਲਈ ਅਸੀਂ ਵੀ ਹੱਕਦਾਰ ਆ ਅਮਨਪਾ ਜੀ ਤੁਸੀਂ ਆਏ ਆ ਜੀ ਆਣ ਸਾਡੇ ਕਿਉਂਕਿ ਤੂੰ ਬਹੁਤ ਵੱਡਾ ਆਦਾਰਾ ਤੁਹਾਡਾ ਪ੍ਰਾਇਮੇਸ਼ੀਗਾ ਅਰਦਾਸ ਮੂਵੀ ਤੁਸੀਂ ਦੇਖੀ ਆ ਅੰਗਰੇਜ਼ ਮੂਵੀ ਤੁਸੀਂ ਦੇਖੀ ਆ ਗੋਰਿਆਂ ਨੂੰ ਦਫਾ ਕਰੋ ਇਹ ਇਹਨਾਂ ਨੇ ਬਣਾਈ ਸੀ ਸ਼ਾਇਦ ਅੰਗਰੇਜ਼ ਚ ਤਾਂ ਇਹਨਾਂ ਨੇ ਐਕਟਿੰਗ ਵੀ ਕੀਤੀ ਐਮੀ ਵਰਕ ਦੇ ਨਾਲ ਠੀਕ ਆ ਸੋ ਇਹ ਇਹ ਇਨਸਾਨ ਆ ਜਿਨ੍ਹਾਂ ਨੂੰ ਕੋਈ ਦੇਖ ਲੋ ਆਪਣੇ ਚ ਬੈਠੇ ਆਮ ਲੋਕ ਆ ਨਹੀਂ ਤਾਂ ਅੱਜ ਕੱਲ ਮੇਰੇ ਅਰਗੇ ਨੂੰ ਚਾਰ ਬੰਦੇ ਜਾਣਨ ਲੱਗ ਜਾਂਣ ਤਾਂ ਉਹ ਕਹਿ ਦਿੰਦਾ ਵੀ ਮੇਰਾ ਖਣੀ ਕਿੰਨਾ ਕਨਾ ਹੈ ਇਹ ਉਹ ਇਨਸਾਨ ਆ ਜਿਨ੍ਹਾਂ ਨੂੰ ਕੋਈ ਫਰਕ ਨਹੀਂ ਆਮ ਲੋਕਾਂ ਚ ਬੈਠੇ ਆ ਤੇ ਸੋ ਅਸੀਂ ਬਹੁਤ ਜੀ ਆਇਆਂ ਕਹਿੰਨੇ ਆ ਸਤਿਕਾਰਯੋਗ ਸਾਡੇ ਜਿਹੜੇ ਸੱਜਣ ਆਏ ਆ ਬਾਕੀ ਤੁਸੀਂ ਰਾਬਤਾ ਪਾ ਲਓ ਜੇ ਕੋਈ ਸਵਾਲ ਹੋਇਆ ਕਿਸਾਨੀ ਇਦੋਲਨ ਤੇ ਬੱਚਿਆਂ ਨੂੰ ਗਾਈਡ ਕਰ ਸਕਦੇ ਆ ਮਾਪੇ ਆਏ ਆ ਜਿਨ੍ਹਾਂ ਨੇ ਬੱਚੇ ਭੇਜਣੇ ਆ ਜਾਂ ਜਿਨ੍ਹਾਂ ਦੇ ਬੱਚੇ ਜਾਣ ਨੂੰ ਤਿਆਰ ਆ ਕੋਈ ਜਿਹੜੇ ਵਿਸ਼ੇ ਉੱਥੇ ਤੁਸੀਂ ਦੱਸ ਸਕਦੇ ਆ ਸਾਨੂੰ ਵੀ ਅਸੀਂ ਅੱਗੇ ਕੀ ਹੋ ਸਕਦਾ ਪਿੰਡਾਂ ਨੂੰ ਕਿਵੇਂ ਨਿਖਾਰਗੇ ਕੈਨੇਡਾ ਜਾ ਕੇ ਕਿਵੇਂ ਸੁਧਰਗੇ ਉਹ ਸਾਰੀਆਂ ਗੱਲਾਂ ਸਾਡੇ ਨਾਲ ਜੇ ਕੋਈ ਹੋਰ ਸੱਜਣ ਮੈਂ ਸੁਣਨ ਖੁੱਲ ਕੇ ਮੈਂ ਦੱਸ ਦੇਣਾ ਮੈਂ ਇੱਕ ਸੋਡਾ ਹੀ ਆ ਜਿਹੜੇ ਸੱਜਣ ਨੇ ਆਉਣਾ ਮੇਰੇ ਵਾਂਗੂ ਮੈਂ ਤਾਂ ਆਪ ਹੀ ਫੜ ਕੇ ਧੰਨਵਾਦ ਕਰਨ ਦੇ ਤੋ ਤੇ ਕਹਤਾ ਆ ਕੇ ਤੁਸੀਂ ਆਪਦੀ ਗੱਲਬਾਤ ਕਰਦੇ ਜਗਜੀਤ ਬਾਈ ਜੀ ਖਾਈ ਸਾਡੇ ਕੋਲੇ ਆ ਗਿਆ ਜਗਜੀਤ ਬਾਈ ਜੀ ਆਓ ਤੁਸੀਂ ਮਾਫੀ ਚਾਹਣਾ ਬਾਈ ਜੀ ਨੂੰ ਮੈਂ 5 ਵਜੇ ਦਾ ਟਾਈਮ ਦਿੱਤਾ ਜਿੱਥੇ ਸਾਡੇ ਪੱਤਰਕਾਰ ਵੀ ਆ ਇਹ ਵੀ ਬਾਈ ਹੁਣੇ ਜਾ ਕੇ ਆ ਸਾਡੇ ਕੋਲੇ ਇੱਥੇ ਟ੍ਰਾਂਟੋ ਵਿਨੀਪੈਗ ਤੋਂ ਮੁੜਿਆ ਆ ਕੈਲਗਰੀ ਇਹ ਰਾਤ ਨੂੰ ਕਹਿੰਦਾ ਠੰਡ ਜਾਦੇ ਆ ਮੁੜਿਆ ਹੁਣ ਅਸੀਂ ਇਹਨੂੰ ਸਿੱਧਾ ਦਿੰਨੇ ਆ ਵੀ ਆ ਜੀ ਹੁਣ ਹੁਣ ਤੁਸੀਂ ਗੱਲਬਾਤ ਕਰੋ ਜੀ ਬਹੁਤ ਜੀ ਆਇਆਂ ਵਾਦ ਸਾਹਿਬ ਧੰਨਵਾਦ ਜੀ ਬਹੁਤ-ਬਹੁਤ ਧੰਨਵਾਦ ਜੀ ਪਰਮੀਰ ਬਾੜਾ ਜੀ ਜੋ ਸਾਡੇ ਬਹੁਤ ਸਤਿਕਾਰਯੋਗ ਮਹਿਮਾਨ ਨੇ ਅੱਜ ਸਾਡੇ ਮਾਨੂਕੇ ਨਗਰ ਦੇ ਵਿੱਚ ਪਹੁੰਚੇ ਨੇ ਸਾਡੇ ਸਤਿਕਾਰਯੋਗ ਸਰਪੰਚ ਸਾਹਿਬ ਸਰਦਾਰ ਮੋਹਰ ਸਿੰਘ ਗਿੱਲ ਬਹੁਤ ਹੀ ਸਤਿਕਾਰਯੋਗ ਗਰ ਲਾਲ ਗਿੱਲ ਜੀ ਜੋ ਖੇਡ ਪ੍ਰੋਮੋਟਰ ਵੀ ਨੇ ਅੱਜ ਮਾਨੂਕੇ ਦੇ ਵਿੱਚ ਵਾਟਸਐਪ ਪਹੁੰਚੇ ਨੇ ਜਦੋਂ ਇਹਨਾਂ ਦੇ ਚੈਨਲ ਤੇ ਆਪਾਂ ਸਾਰੇ ਸੁਣਦੇ ਆਂ ਸਭ ਤੋਂ ਪਹਿਲੀ ਗੱਲ ਮੈਂ ਇਹ ਗੱਲ ਕਹੂੰਗਾ ਵੀ ਅਸੀਂ ਪੰਜਾਬੀ ਆ ਤੇ ਇਹਨਾਂ ਦੀ ਜਿਹੜੀ ਠੇਠ ਪੰਜਾਬੀ ਹੈ ਪੰਜਾਬੀ ਮਾਂ ਬੋਲੀ ਜਿਹਨੂੰ ਇਹਨਾਂ ਨੇ ਇੱਥੇ ਪੰਜਾਬ ਦੇ ਵਿੱਚੋਂ ਜਾ ਕੇ ਪੂਰੇ ਕੈਨੇਡਾ ਦੇ ਵਿੱਚ ਇਨੀ ਪੂਰੇ ਦੁਨੀਆ ਦੇ ਵਿੱਚ ਪੰਜਾਬੀ ਮਾਂ ਬੋਲੀ ਨੂੰ ਪਰਫੁੱਲਤ ਕੀਤਾ ਤੇ ਸਾਡਾ ਇਹ ਚੈਨਲ ਆ ਜਿਹੜਾ ਆ ਬੜਾ ਲੋਕਾਂ ਦੇ ਵਿੱਚ ਮਹੱਭਤ ਹੈ ਪ੍ਰੇਮ ਹੈ ਤੇ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਬਾਈ ਗਰ ਲਾਲ ਜੀ ਨੇ ਦੱਸਿਆ ਸੀਗਾ ਵੀ ਆਪਣੇ ਜਿਹੜਾ ਪ੍ਰੋਗਰਾਮ ਦਿੱਤਾ ਗਿਆ ਵੀ ਕੈਨੇਡਾ ਦੇ ਵਿੱਚ ਸਾਡਾ ਕਿਸ ਤਰ੍ਹਾਂ ਦਾ ਰਹਿਣ ਸਹਿਣ ਹੋਵੇ ਔਰ ਉੱਥੇ ਦੇ ਸਾਡੇ ਜਿਹੜੇ ਬੱਚੇ ਆ ਉਹ ਕਿਸ ਤਰ੍ਹਾਂ ਉੱਥੇ ਰਹਿ ਰਹੇ ਨੇ ਜਿਹੜੇ ਵੀ ਸਾਡੇ ਵੀਰ ਗਏ ਨੇ ਜਾਂ ਜਿਨ੍ਹਾਂ ਨੇ ਉੱਥੇ ਜਾ ਕੇ ਦੇਖਿਆ ਜਾਂ ਉੱਥੋਂ ਜਿਹੜਾ ਕਲਚਰ ਆ ਉਹਨੂੰ ਅਸੀਂ ਕਿਵੇਂ ਆਪਾਂ ਉਹਦੇ ਨਾਲ ਵਿਚਰਨਾ ਹੈ ਕਿਵੇਂ ਉੱਥੇ ਜਾ ਕੇ ਆਪਣਾ ਆਪ ਉੱਥੇ ਸੰਭਾਲ ਕੇ ਰੱਖਣਾ ਹੈ ਬੱਚਿਆਂ ਨੂੰ ਸਾਡੇ ਨੂੰ ਕਿਵੇਂ ਉੱਥੇ ਜੇ ਇਥੋਂ ਗਏ ਆ ਤੇ ਜਿਵੇਂ ਸਾਡੀ ਮਾਨੂੰ ਕੇ ਫੈਮਿਲੀ ਐ ਮਾਨੂੰ ਕੇ ਪਰਿਵਾਰ ਆ ਸਾਡਾ ਗਿੱਲ ਸਾਹਿਬ ਦਾ ਪਰਿਵਾਰ ਹੈਗਾ ਮੋਹਰ ਸਿੰਘ ਗਿੱਲ ਜੀ ਇਹਨਾਂ ਨੇ ਬਹੁਤ ਸਾਰੇ ਬੱਚੇ ਆ ਜਿਹੜੇ ਜਿਹੜੇ ਇੱਥੋਂ ਜਾਂਦੇ ਆ ਪੰਜਾਬ ਤੋਂ ਜਾਂਦੇ ਆ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਉੱਥੇ ਸਾਰੀਆਂ ਸਹੂਲਤਾਂ ਦੇਣ ਦੀ ਕੋਸ਼ਿਸ਼ ਕਰਦੇ ਆ ਸਾਡੇ ਏਰੀਏ ਦੇ ਹੋਣ ਮੈਂ ਇਹੀ ਗੱਲ ਕਹੂੰਗਾ ਸਾਡੇ ਜਿੰਨੇ ਪੰਜਾਬੀ ਉੱਥੇ বাসਦੇ ਆ ਕਿਉਂਕਿ ਅੱਜ ਪੰਜਾਬ ਦਾ ਜਿਹੜਾ ਸਾਡਾ ਨੌਜਵਾਨ ਆ ਜਿਹਦੇ ਵਿੱਚ ਬੱਚੇ ਆ ਕੁੜੀਆਂ ਮੁੰਡੇ ਆ ਉਹਨਾਂ ਦੀ ਪਹਿਲ ਕੈਨੇਡਾ ਬਣ ਗਈ ਆ ਪਰ ਸਾਡਾ ਉੱਥੇ ਜਿਹੜਾ ਪੰਜਾਬੀ ਭਾਈਚਾਰਾ ਬੈਠਾ ਹੈ ਉਹਨਾਂ ਨੂੰ ਵੀ ਇਸ ਵਾਲਾ ਧਿਆਨ ਦੇਣਾ ਪਊਗਾ ਵੀ ਅਸੀਂ ਆਪਣੇ ਬੱਚਿਆਂ ਨੂੰ ਉੱਥੇ ਕਿਵੇਂ ਸੰਭਾਲਣਾ ਹੈ ਤੇ ਮੈਂ ਬਹੁਤਾ ਸਮਾਂ ਨਹੀਂ ਲੈਣਾ ਤੇ ਪਰਮਵੀਰ ਬਾਠ ਜੀ ਜਿਹੜੇ ਬੜੇ ਦੁਨੀਆ ਦੇ ਵਿੱਚ ਸਾਡੀ ਪੰਜਾਬੀ ਨੂੰ ਸਾਡੇ ਮਸਲਿਆਂ ਨੂੰ ਪੰਜਾਬ ਦੇ ਮਸਲਿਆਂ ਨੂੰ ਪੰਜਾਬ ਦੇ ਵਿੱਚ ਜੇ ਨਸ਼ੇ ਦਾ ਮੁੱਦਾ ਹੁੰਦਾ ਉਹਨੂੰ ਵੀ ਆਪਣੇ ਚੈਨਲ ਤੇ ਜੇ ਬੇਰੁਜ਼ਗਾਰੀ ਦਾ ਮੁੰਡਾ ਹੈ ਉਹਨੂੰ ਵੀ ਆਪਣੇ ਚੈਨਲ ਤੇ ਕੈਨੇਡਾ ਦੇ ਵਿੱਚ ਸਾਨੂੰ ਕਿਸ ਤਰ੍ਹਾਂ ਦੀਆਂ ਸਹੂਲਤਾਂ ਉੱਥੇ ਮਿਲਦੀਆਂ ਕੈਨੇਡਾ ਦੇ ਵਿੱਚ ਕਿਵੇਂ ਇਹ ਸਾਨੂੰ ਜਾਗਰੂਕ ਕਰਦੇ ਆ ਉਹ ਸਾਰਾ ਕੁਝ ਸਾਡੇ ਸਾਹਮਣੇ ਵੀ ਆ ਪਰ ਅੱਜ ਮਾਨੂਕੇ ਗਿਰ ਦੇ ਵਿੱਚ ਪਹੁੰਚੇ ਆ ਮੈਂ ਸਾਡੀ ਸਮੁੱਚੀ ਸਾਰੀ ਨਗਰ ਪੰਚਾਇਤ ਵੱਲੋਂ ਸਾਡੇ ਇਸ ਨਗਰ ਦੇ ਪਤਵੰਤਿਆਂ ਵੱਲੋਂ ਤੁਹਾਨੂੰ ਜੀ ਆਇਆਂ ਕਹਿੰਦਾ ਹਾਂ ਤੇ ਜਿਹੜਾ ਅੱਜ ਦਾ ਪ੍ਰੋਗਰਾਮ ਆ ਉਹ ਵੀ ਤੁਹਾਡੇ ਤੋਂ ਜਾਣਕਾਰੀ ਲਵਾਂਗੇ ਬਹੁਤ ਬਹੁਤ ਧੰਨਵਾਦ ਜੀ ਬਹੁਤ ਹੀ ਸਤਿਕਾਰਯੋਗ ਅਮਰ ਖੜਕੜ ਜੀ ਵਾਟਸਾਪ ਉਹਨਾਂ ਦੇ ਨਾਲ ਆ ਇਸ ਸਮੁੱਚੀ ਟੀਮ ਔਰ ਮੇਰੇ ਅਜੀਜ਼ ਗਰ ਲਾਲ ਸਿੰਘ ਜੀ ਸਾਡੇ ਸਰਪੰਚ ਮੋਹਰ ਸਿੰਘ ਜੀ ਮੈਂ ਉਹਨਾਂ ਦਾ ਉਚੇਚਾ ਧੰਨਵਾਦ ਕਰੂੰਗਾ ਕਿ ਜਿਨ੍ਹਾਂ ਨੇ ਇਸ ਟੀਮ ਨੂੰ ਸਾਡੂੰ ਸਦਕੇ ਇੱਥੇ ਉਹਨਾਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਔਰ ਮੈਂ ਨਗਰ ਨਿਵਾਸੀਆਂ ਵੱਲੋਂ ਔਰ ਭਾਰਤੀ ਕਿਸਾਨਾਂ ਕਾਦੀਆਂ ਵੱਲੋਂ ਆਪ ਜੀ ਨੂੰ ਜੀ ਆਇਆਂ ਕਹਿਣਾ ਮੈਂ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਨਾ ਚਾਹੁੰਦਾ ਕਿ ਅੱਜ ਦੇ ਜਿਹੜੇ ਮਾਪੇ ਆ ਆਪਦੇ ਬੱਚਾ ਪੜਾਉਣ ਨੂੰ ਤਾਂ ਇਸ ਗੱਲ ਪਤਾ ਹੀ ਪ੍ਰਤੀ ਤਿਆਰ ਹੋ ਗਈ ਹੈ ਉਹਦੇ ਹਾਨ ਦੇ ਹੋਗੇ ਵੀ ਨੂੰ ਵੱਧੋ ਵੱਧ ਪੜਾਈ ਚਾਹੀਦੀ ਹੈ ਜਦੋਂ ਕਿ ਪਹਿਲਾਂ ਪੜਾਈ ਦੀ ਕੀਮਤ ਘਟ ਗਣੀ ਜਾਂਦੀ ਸੀ ਕਾਰੋਬਾਰਾਂ ਦੀ ਕੀਮਤ ਗਣੀ ਜਾਂਦੀ ਸੀ ਇਹ ਵਿਸ਼ਾ ਤਾਂ ਲੋਕਾਂ ਨੇ ਮੰਨ ਲਿਆ ਕਿ ਸਭ ਤੋਂ ਵੱਡੀ ਸਾਡੀ ਜਾਇਦਾਦ ਬੱਚੇ ਹੈ ਬੱਚੇ ਪੜਾਉਣ ਵਾਲੇ ਪਾਸੇ ਲੋਕ ਪੂਰੇ ਸ਼ਹਿਰ ਦਾ ਮੈਂ ਇੱਥੇ ਇੱਕ ਤੁਹਾਡੇ ਨਵੀਂ ਗੱਲ ਧਿਆਨ ਚ ਲਿਆਉਣੀ ਚਾਹੁੰਦਾ ਪ੍ਰਾਣੀ ਹੈ ਬਿਸ਼ੱਕ ਪਲੱਸ 2 ਤੋਂ ਮਗਰੋਂ ਬੱਚਾ ਚਾਹੇ ਵਿਦੇਸ਼ ਜਾਂਦਾ ਚਾਹੇ ਇੱਥੇ ਪੜਨ ਵਾਸਤੇ ਨਾ ਤਾਂ ਮਾਪੇ ਨੂੰ ਪਤਾ ਵੀ ਇਹ ਇਹ ਕੀ ਕਰਨਾ ਚਾਹੁੰਦਾ ਤੇ ਨਾ ਹੀ ਉਹਨੂੰ ਹਲੇ ਤੱਕ ਪਤਾ ਹੈ ਜਿਹੜੀ ਇਹ ਪਲੱਸ 2 ਤੋਂ ਬਾਅਦ ਦੀ ਹੈ ਨਾ ਜਿਹੜੀ ਸਟੋਰੀ ਉਹ ਹਲੇ ਉਲਜੀ ਵੀ ਹੈ ਮੈਂ ਚਾਹੁੰਦਾ ਵੀ ਤੁਸੀਂ ਆਪਣੇ ਤੌਰ ਤੇ ਤੁਸੀਂ ਮਹਾਰੋ ਬੱਚਿਆਂ ਨੂੰ ਗਾਈਡੈਂਸ ਕਰੋ ਜਾਂ ਜਿਹੜੇ ਇਸ ਗੱਲ ਦੇ ਮਹਾਰੋ ਵੀ ਇਹਨੂੰ ਕਿਹੜਾ ਵਿਸ਼ਾ ਲੈਣਾ ਚਾਹੀਦਾ ਕੱਲੇ ਵਿਦੇਸ਼ ਦਾ ਨਾਮ ਲੈ ਕੇ ਉੱਥੇ ਜਾਵੜਨਾ ਇਹ ਕੋਈ ਵਧੀਆ ਗੱਲ ਨਹੀਂ ਗੀ ਉਹਦੀ ਕੀ ਰੁਚੀ ਹੈ ਜਾਂ ਕਿਹੜੇ ਸਟੈਂਡਰਡ ਨਾਲ ਉਹਦੀ ਪੜ੍ਹਾਈ ਹੋਣੀ ਚਾਹੀਦੀ ਹੈ ਕੱਲਾ ਮਤਲ ਟਾਈਮ ਪਾਸ ਕਰਨ ਵਾਸਤੇ ਕੈਨੇਡਾ ਜਾਣਾ ਜਾਂ ਵਿਦੇਸ਼ ਜਾਣਾ ਜਾਂ ਫੌਰਨ ਹੀ ਉਖਾਉਣਾ ਇਹ ਕੋਈ ਵਧੀਆ ਗੱਲ ਨਹੀਂ ਉਹਦੀ ਜਿਹੜੀ ਪੜ੍ਹਾਈ ਹੈ ਐਸ ਲੈਵਲ ਦੀ ਹੋਣੀ ਚਾਹੀਦੀ ਐ ਬੇਸ਼ੱਕ ਇੱਥੇ ਵੀ ਕਰਦਾ ਜੇ ਇੰਡੀਆ 'ਚ ਵੀ ਕਰਦਾ ਉਹਦੀ ਪੜ੍ਹਾਈ ਐਸ ਲੈਵਲ ਤੇ ਹੋਣੀ ਚਾਹੀਦੀ ਹੈ ਕਿ ਉਹ ਕੋ ਬਹੁਤ ਵਧੀਆ ਤਾਕੜਾ ਮਨੁੱਖ ਬਣ ਸਕੇ ਔਰ ਖਾਸ ਕਰਕੇ ਪੰਜਾਬ ਨੂੰ ਜ਼ਰੂਰ ਸਮਰਪਿਤ ਹੋਵੇ ਇੰਨੀਆਂ ਬੇਨਤੀਆਂ ਕਰਦਾ ਖੇਮਨ ਦਾ ਜਾਚਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਮਰਜੀ ਮੈਂ ਚਾਹਨਾ ਕਿ ਤੁਹਾਡੀਆਂ ਗੱਲਾਂ ਵੀ ਸੁਣੀਏ ਪਰ ਮੈਂ 5 ਮਿੰਟ ਦੇ ਵਿੱਚ ਆਪਣੀ ਗੱਲ ਜਿਹੜੀ ਐ ਉਹ ਇਸ ਵਿਸ਼ੇ ਦੇ ਉੱਤੇ ਜ਼ਰੂਰ ਮੁਕੰਮਲ ਕਰਦਾ ਜਿਹੜੇ ਖੜੇ ਸੱਜਣ ਨੇ ਥੋੜਾ ਬਹੁਤ ਧੰਨਵਾਦ ਤੁਸੀਂ ਸਾਡੇ ਲਈ ਵੱਧ ਖਾਸ ਹੋ ਕੈਨੇਡਾ ਅੱਜ ਸਾਰਿਆਂ ਦੇ ਨਾਲ ਆਸਟ੍ਰੇਲੀਆ ਨਿਊਜ਼ੀਲੈਂਡ ਇੰਗਲੈਂਡ ਸਾਡੇ ਸਾਰਿਆਂ ਨਾਲ ਜੁੜਿਆ ਚਾਹੇ ਸਾਡੇ ਕੋਈ ਪਰਿਵਾਰ ਦਾ ਮੈਂਬਰ ਵਿਦੇਸ਼ ਗਿਆ ਤੇ ਚਾਹੇ ਨਹੀਂ ਗਿਆ ਤੁਹਾਡੇ ਸਾਰਿਆਂ ਦੇ ਨਾਲ ਜੁੜਿਆ ਸਾਡਾ ਕੋਈ ਰਿਸ਼ਤੇਦਾਰ ਕੋਈ ਸੱਜਣ ਮਿੱਤਰ ਕੋਈ ਨਾ ਕੋਈ ਉੱਥੇ ਹੁੰਦਾ ਸਾਨੂੰ ਉੱਥੋਂ ਦੀਆਂ ਖਬਰਾਂ ਪ੍ਰਭਾਵਿਤ ਕਰਦੀਆਂ ਮੈਂ ਇੱਕ ਗੱਲ ਪੂਰੀ ਪਹਿਲਾਂ ਕਹਿ ਦਿਆਂ ਕਿ ਪੰਜਾਬੀ ਮਿਹਨਤੀ ਨੇ ਪੰਜਾਬੀ ਇਮਾਨਦਾਰ ਨੇ ਅਸੀਂ ਐਨ ਸਿਰਾਂ ਲਾ ਦਿੰਨੇ ਹਰ ਇੱਕ ਕੰਮ ਦੇ ਵਿੱਚ ਇਸ ਵੇਲੇ ਜਿਵੇਂ ਅਸੀਂ ਬੱਚੇ ਵੀ ਵਿਦੇਸ਼ ਚ ਭੇਜਦੇ ਆ ਤਾਂ ਸਾਡਾ 8 ਸਾਲ 10 ਸਾਲ ਪਹਿਲਾਂ ਦਾ ਪਲਾਨ ਹੁੰਦਾ ਪੁੱਤ ਪਲੱਸ 2 ਕਰ ਲਾ 12ਵੀਂ ਕਰ ਲਾ ਧੀਏ ਪਲੱਸ 2 ਕਰ ਲਾ 12ਵੀਂ ਕਰ ਲਾ ਇੱਥੇ ਤਾਂ ਕੁਛ ਨਹੀਂ ਵਿਦੇਸ਼ ਜਾਣਾ ਹੈ ਅਸੀਂ ਪੈਸੇ ਇਕੱਠੇ ਕਰਦੇ ਆ ਭੂਆ ਮਾਸੀ ਤੋਂ ਵੀ ਫੜਦੇ ਆ ਬੈਂਕ ਤੋਂ ਵੀ ਲੈਣੇ ਆ ਫਿਰ ਪਿਆਹਾ ਬੰਦਿਆਂ ਨਾਲ ਗੱਲ ਕਰਕੇ ਕੰਸਲਟੈਂਟ ਲੱਭਦੇ ਆ ਉਹਦੇ ਤੋਂ ਬਾਅਦ ਫਿਰ ਬੱਚੇ ਨੂੰ ਜ਼ੋਰ ਲਾਉਣੇ ਪੁੱਤ ਆਇਲਸ ਦੇ ਵਿੱਚੋਂ ਚੰਗੇ ਬੈਂਡ ਲੈ ਲਾ ਫਿਰ ਬੱਚਾ ਅਸੀਂ ਉਧਰਲੇ ਪਾਸੇ ਤੋਰਦੇ ਆ ਸਾਰੀਆਂ ਗੱਲਾਂ ਠੀਕ ਨੇ ਮੈਂ ਕਹਿੰਨਾ ਕਿ ਅੱਜ ਕੋਈ ਬੰਦਾ ਕਹੇ ਜੀ ਬਾਹਰ ਨੂੰ ਤੁਰੇ ਆ ਪ੍ਰਵਾਸ ਤੁਰੇ ਇੱ ਮਜਬੂਰੀ ਹੈ ਨਹੀਂ ਤਾਂ ਮਾਪਿਓ ਨੂੰ ਛੱਡ ਕੇ ਦਾਦੇ ਦਾਦੀ ਨੂੰ ਛੱਡ ਕੇ ਭੂਆ ਮਾਸੀ ਪੰਜ-ਪੰਜ ਸਾਲ ਮੁੜ ਕੇ ਪੰਜਾਬ ਦੇ ਵਿੱਚ ਕੋਈ ਵਿਆਹ ਨਹੀਂ ਦੇਖ ਹੁੰਦਾ ਕੋਈ ਮੇਲਾ ਨਹੀਂ ਦੇਖ ਹੁੰਦਾ ਮਰਨੇ ਪਰਨੇ ਦੇ ਉੱਤੇ ਨਹੀਂ ਆ ਹੁੰਦਾ ਬਹੁਤਿਆਂ ਤੋਂ ਤਾਂ ਆਪਣੇ ਪਰਿਵਾਰ ਦੇ ਮੈਂਬਰਾਂ ਦਾ ਆਖਰੀ ਵਾਰ ਹੀ ਮੂੰਹ ਨਹੀਂ ਦੇਖ ਹੁੰਦਾ ਜੇ ਕੋਈ ਬੰਦਾ ਸਾਨੂੰ ਇਹ ਕਹਿੰਦਾ ਕਿ ਪੰਜਾਬੀ ਲਾਲਸਾ ਵਸ ਜਾ ਰਿਹਾ ਜੀ ਇਹ ਤਾਂ ਭੇਡ ਚਾਲ ਦੇ ਵਿੱਚ ਜਾ ਰਿਹਾ ਨਹੀਂ ਇਹ ਭੇਡ ਚਾਲ ਜਾਂ ਇਹ ਲਾਲਸਾ ਜਿਹੜੀ ਹੈ ਬਹੁਤੀ ਕਰਕੇ ਸਾਡੀਆਂ ਮਜਬੂਰੀਆਂ ਚੋਂ ਨਿਕਲੀ ਹੈ ਪਰ ਹੁਣ ਮੈਨੂੰ ਤਿੰਨ ਹੀ ਸਾਲ ਹੋਏ ਅਜ ਗਏ ਨੂੰ ਤਿੰਨ ਹੀ ਸਾਲ ਤੇ ਮੈਂ ਆਪਣਾ 3 ਸਾਲਾਂ ਦਾ ਤਜਰਬਾ ਦੱਸਦਾ ਖੜਕੜ ਸਾਹਿਬ ਨੂੰ 33 ਸਾਲ ਹੋ ਗਏ ਆ ਇਹਨਾਂ ਦਾ ਤਜਰਬਾ ਮੇ ਤੋਂ 30 ਸਾਲ ਵੱਧ ਦਾ ਤਿੰਨਾਂ ਸਾਲਾਂ ਦੇ ਵਿੱਚ ਜੋ ਮੈਂ ਮਹਿਸੂਸ ਕੀਤਾ ਕਿ ਸਾਡੇ ਪੰਜਾਬੀਆਂ ਦੇ ਲਈ ਹੁਣ ਜਿਹੜੀ ਬਹੁਤ ਵੱਡੀ ਚੁਣੌਤੀ ਹੈ ਕੈਨੇਡਾ ਚ ਲੱਖਾਂ ਪੰਜਾਬੀ ਨੇ ਅਮਰੀਕਾ ਦੇ ਵਿੱਚ ਵੀ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਵਿੱਚ ਵੀ ਹਾਰਟ ਅਟੈਕ ਹੋ ਰਹੇ ਆ ਨਸ਼ੇ ਕਰਕੇ ਮੌਤਾਂ ਹੋ ਰਹੀਆਂ ਬਹੁਤ ਥੋੜੀ ਗਿਣਤੀ ਹੈ 98% ਬਿਲਕੁਲ ਚੰਗੇ ਨੇ ਕੋਈ ਸਮੱਸਿਆ ਹੀ ਨਹੀਂ ਅਸੀਂ মিডিਆ ਵਾਲੇ ਖਬਰਾਂ ਵੱਡੀਆਂ ਕਰ ਕਰ ਲਾਉਂਦੇ ਆ ਕਿ ਭਾਈ ਉੱਥੇ ਤਾਂ ਹੁਣ ਲੱਗ ਪਿਆ ਮਾਨਸਿਕ ਤੌਰ ਦੇ ਉੱਤੇ ਬੱਚੇ ਪਰੇਸ਼ਾਨ ਹੁੰਦੇ ਆ ਮੈਂਟਲ ਹੈਲਥ ਉਹਨਾਂ ਦੀ ਥੋੜੀ ਜਿਹੀ ਸਮੱਸਿਆ ਚ ਆਉਂਦੀ ਆ ਕਾਰਨ ਕੀ ਐ ਮੈਂ ਕਹਿੰਨਾ ਕਿ ਸਾਨੂੰ ਤੁਹਾਨੂੰ ਚਾਹੇ ਸਾਡੇ ਬੱਚੇ ਜਾਂ ਸਾਡੇ ਪਰਿਵਾਰ ਉਧਰ ਚਲੇ ਗਏ ਜਾਂ ਜਾਣ ਵਾਲੇ ਆ ਜਾਂ ਨਹੀਂ ਵੀ ਜਾਣੇ ਪਰ ਸਾਨੂੰ ਇਹ ਸਮੁੱਦੇ ਦੇ ਉੱਤੇ ਹੁਣ ਆਉਣਾ ਪਊਗਾ ਸਭ ਤੋਂ ਪਹਿਲਾਂ ਤਾਂ ਜਾਣਾ ਜੇ ਜਾਣਾ ਤੇ ਜਾਣਾ ਕਿਉਂ ਆ ਤੇ ਕਿਵੇਂ ਸਾਨੂੰ ਇਹ ਨਹੀਂ ਦੇਖਣਾ ਚਾਹੀਦਾ ਕਿ ਸਾਡੀ ਲੋੜ ਐ ਉੱਥੇ ਜਾਣਾ ਸਾਨੂੰ ਨਾਲ ਦੀ ਨਾਲ ਸਭ ਤੋਂ ਪਹਿਲਾਂ ਇਹ ਦੇਖਣਾ ਚਾਹੀਦਾ ਕਿ ਉਹਨਾਂ ਦੀ ਕੀ ਲੋੜ ਐ ਉਹ ਕਿਹੜੇ ਬੰਦੇ ਨੂੰ ਭਾਲਦੇ ਨੇ ਯਾਨੀ ਕੈਨੇਡਾ ਵਾਲੇ ਜਿਹੜੇ ਸਾਡੀ ਉਹਨਾਂ ਨੂੰ ਲੋੜ ਨਾ ਹੋਵੇ ਅਮਰੀਕਾ ਵਾਲਿਆਂ ਨੂੰ ਆਸਟ੍ਰੇਲੀਆ ਵਾਲਿਆਂ ਨੂੰ ਝਟਫਾਟ ਕੰਦ ਕਰ ਦੇਣ ਚਿੜੀ ਨਾ ਫੜਕਣ ਦੇਣ ਉਹਨਾਂ ਨੂੰ ਸਾਡੀ ਲੋੜ ਹੈ ਪਹਿਲੀ ਗੱਲ ਇਹ ਸਾਨੂੰ ਸਮਝਣੀ ਪਊ ਉਹਨਾਂ ਨੂੰ ਸਾਡੀ ਲੋੜ ਹੈ ਇਸ ਕਰਕੇ ਉਹ ਸੱਦਦੇ ਆ ਨਹੀਂ ਤਾਂ ਉਹਨਾਂ ਦੇ ਟਰੱਕ ਨਾ ਚੱਲਣ ਉੱਥੇ ਉਹਨਾਂ ਦੇ ਰੈਸਟੋਰੈਂਟ ਨਾ ਚੱਲਣ ਉਹਨਾਂ ਦਾ ਬਹੁਤ ਸਾਰਾ ਕੰਮ ਬੰਦ ਹੋ ਜੂਵੇ ਜਿੱਦਾਂ ਆਪਣੇ ਝੋਨਾ ਨਾ ਲੱਗੇ ਜਿੱਦਾਂ ਆਪਣੇ ਕਮਾਦਣਾ ਸ਼ਿਲ ਹੋਵੇ ਦੂਸਰੀ ਗੱਲ ਫਿਰ ਅਗਲੀ ਪਹਿਚਾਣ ਕਰਨ ਦੀ ਲੋੜ ਫਿਰ ਸੜੇ ਲਈ ਸੁਖਾਲਾ ਹੋ ਜੂ ਕਿ ਭਾਈ ਉਹਨਾਂ ਨੂੰ ਚਾਹੀਦਾ ਕਿਹੜਾ ਬੰਦਾ ਉਹਨਾਂ ਨੂੰ ਮੈਂ ਨਹੀਂ ਚਾਹੀਦਾ ਉਹਨਾਂ ਨੂੰ ਸਰਦਾਰ ਸਾਹਿਬ ਨਹੀਂ ਚਾਹੀਦੇ ਉਹਨਾਂ ਨੂੰ ਉਹ ਬੰਦਾ ਚਾਹੀਦਾ ਜਿਸ ਬੰਦੇ ਦੀ ਉੱਥੇ ਘਾਟ ਹੈ ਜਿਸ ਬੰਦੇ ਦੀ ਉੱਥੇ ਲੋੜ ਹੈ ਅਸੀਂ ਹਰ ਦੇਸ਼ ਦੀ ਸਰਕਾਰੀ ਵੈਬਸਾਈਟ ਤੇ ਜਾਈਏ ਉੱਥੇ ਉਹ ਲਿਸਟਾਂ ਕੈਨੇਡਾ ਵਾਲੇ ਹਰ ਸਾਲ ਲਿਸਟ ਰਵਾਈਜ਼ ਕਰਦੇ ਆ ਹਰ ਸਾਲ ਕੁਝ ਚੀਜ਼ਾਂ ਕਦੇ ਤੁਸੀਂ ਸੁਣਿਆ ਹੋਣਾ ਜੇ ਤੁਹਾਨੂੰ ਯਾਦ ਹੋਵੇ ਜੀ ਆਸਟ੍ਰੇਲੀਆ ਤੇ ਕੈਨੇਡਾ ਦੇ ਵਿੱਚ ਵਾਲ ਕੱਟਣ ਵਾਲੇ ਬੰਦਿਆਂ ਦੀ ਬੜੀ ਲੋੜ ਹੈ ਸ਼ਾਇਦ ਤੁਹਾਨੂੰ ਯਾਦ ਹੋਊਗਾ ਕਦੇ ਸੁਣਿਆ ਹੋਊਗਾ ਕਿ ਕੁੱਕ ਦੀ ਬੜੀ ਲੋੜ ਹੈ ਜੀ ਕੁਕਿੰਗ ਦਾ ਡਿਪਲੋਮਾ ਕਰ ਲਓ ਉਹ ਹਰ ਸਾਲ 2 ਸਾਲ ਬਾਅਦ ਦੇਖਦੇ ਆ ਕਿ ਸਾਡੇ ਦੇਸ਼ ਦੇ ਵਿੱਚ ਕੋਕ ਕਿੰਨੇ ਹੋ ਗਏ? ਬਾਲ ਕੱਟਣ ਵਾਲੇ ਬੰਦੇ ਕਿੰਨੇ ਹੋ ਗਏ? ਮਾਸਟਰ ਕਿੰਨੇ ਹੋ ਗਏ? ਲੈਕਚਰਰ ਕਿੰਨੇ ਹੋ ਗਏ? ਡਾਕਟਰ ਕਿੰਨੇ ਹੋ ਗਏ? ਨਰਸਸ ਕਿੰਨੀਆਂ ਹੋ ਗਈਆਂ? ਜੇ ਤਾਂ ਪੂਰੀਆਂ ਹੋ ਗਈਆਂ ਠੀਕ ਐ। ਫਿਰ ਉਹ ਲਿਸਟ ਦੇ ਵਿੱਚ ਉਹ ਕੱਢ ਦਿੰਦੇ ਆ। ਤਾਂ ਜੇ ਪੂਰੀਆਂ ਨਹੀਂ ਹੋਈਆਂ ਉਸ ਚੀਜ਼ ਨੂੰ ਲਿਸਟ ਦੇ ਵਿੱਚ ਰੱਖਦੇ ਆ ਕਿ ਸਾਨੂੰ ਇਹਨਾਂ ਬੰਦਿਆਂ ਦੀ ਲੋੜ ਐ ਉਹਨੂੰ ਵੀਜ਼ਾ ਵੀ ਛੇਤੀ ਮਿਲਦਾ। ਉਹਨੂੰ ਪੁਆਇੰਟ ਵੀ ਘੱਟ ਲੈਣੇ ਪੈਂਦੇ ਆ। ਉਹਦਾ ਕੰਮ ਬਹੁਤ ਈਜ਼ੀ ਹੋ ਜਾਂਦਾ। ਅਸੀਂ ਅਜੇ ਮੈਂ ਫੇਰ ਕਹਿੰਨਾ ਕਿ ਸਾਡੇ ਲਈ ਔਖਾ ਆ। ਅਸੀਂ ਉਸ ਚੀਜ਼ ਦੇ ਵਿੱਚ ਪੈਂਦੇ ਨਹੀਂ ਮੈਂ ਉਦਾਹਰਣ ਦਿੰਦਾ 3w www.cic.gc.ca ਇਹ ਕੈਨੇਡਾ ਦੀ ਅਫੀਸ਼ੀਅਲ ਵੈਬਸਾਈਟ ਹੈ ਜਿੰਨੇ ਵੀ ਕੰਸਲਟੈਂਟ ਨੇ ਉੱਥੋਂ ਹੀ ਦੇਖ ਕੇ ਆਪਾਂ ਨੂੰ ਦੱਸਦੇ ਆ ਕਿ ਭਾਈ ਆਹ ਕਰ ਲਓ ਤੇ ਆਹ ਨਾ ਕਰ ਲਓ ਸਰਕਾਰ ਕੋਈ ਵੀ ਨਿਯਮ ਬਦਲਦੀ ਹੈ ਉਹ ਜੇਬ ਚ ਪਾ ਕੇ ਨਹੀਂ ਬਦਲਦੀ ਉਹ ਲੋਕਾਂ ਦੇ ਸਾਹਮਣੇ ਰੱਖਦੀ ਹੈ ਕੋਈ ਵੀ ਦੇਸ਼ ਦੀ ਸਰਕਾਰ ਹੈ ਉਹ ਕੋਈ ਜਿੰਨੇ ਕੰਸਲਟੈਂਟ ਨੇ ਚਾਹੇ ਉਹ ਚੰਗੇ ਨੇ ਤੇ ਚਾਹੇ ਧੋਖੇਬਾਜ਼ ਨੇ ਉੱਥੋਂ ਹੀ ਚੱਕਦੇ ਆ ਉੱਥੋਂ ਹੀ ਵੱਡਾ ਬੋਰਡ ਲਾਉਂਦੇ ਆ ਤੇ ਅਸੀਂ ਦੇਖ ਕੇ ਅੰਦਰ ਜਾ ਵੜਦੇ ਆ ਪਹਿਲੀ ਗੱਲ ਕਿ ਉਹਨਾਂ ਨੂੰ ਕਿਹਨਾ ਬੰਦਿਆਂ ਦੀ ਲੋੜ ਹੈ ਅਸੀਂ ਇਹ ਦੇਖੀਏ ਉਦਾਂ ਦਾ ਡਿਪਲੋਮਾ ਲਈਏ ਵਰਕ ਪਰਮਿਟ ਤੇ ਜਾਣਾ ਤਾਂ ਉਦਾਂ ਦਾ ਕੰਮ ਕਰੀਏ ਦੂਸਰੀ ਗੱਲ ਸਾਡੀ ਜੋ ਪਿਛਲੇ ਦਿਨਾਂ ਦੇ ਵਿੱਚ ਸਮੱਸਿਆ ਆਈ ਹੈ ਜੀ ਉੱਥੇ ਤਾਂ ਪਟਾਕੇ ਵਜਾਉਂਦੇ ਨੇ ਨੌਜਵਾਨ ਫੜ ਹੋ ਗਿਆ ਜੀ ਤਿੰਨ ਕਾਬੂ ਚਾਰ ਕਾਬੂ ਪੰਜ ਕਾਬੂ ਪੰਜ-ਸੱਤ ਲੱਖ ਬੰਦਾ ਰਹਿੰਦਾ ਦੋ-ਚਾਰ ਤਾਂ ਕਾਬੂ ਆਉਣਗੇ ਗੂਰੇ ਕਿਹੜਾ ਨਹੀਂ ਆਉਂਦੇ ਉਹਦੇ ਤੋਂ ਚਿੰਤਾ ਕਰਨ ਦੀ ਲੋੜ ਨਹੀਂ ਪਰ ਚਿੰਤਨ ਕਰਨ ਦੀ ਲੋੜ ਆ ਕਿ ਭਾਈ ਉਹ ਵੀ ਕਿਉਂ ਹੁਣ ਮੈਂ ਇੱਕ ਬੇਨਤੀ ਕਰਦਾ ਕਿ ਜਿਨ੍ਹਾਂ ਦੇ ਬੱਚੇ 8ਵੀਂ 9ਵੀਂ 10ਵੀਂ ਵਾਲੇ ਆ ਪਹਿਲੀ ਗੱਲ ਕੋਈ ਬੰਦਾ ਇਹ ਨਾ ਸਮਝੇ ਕਿ ਅਸੀਂ ਚਾਹੋਨੇ ਚਾਹੇ ਸਾਰੇ ਬਾਹਰ ਚਲੇ ਜਾਓ ਜੇ ਕੋਈ ਜਾਣਾ ਚਾਹੁੰਦਾ ਹੈ ਬੱਚੇ ਤੋਂ ਚਾਹੇ ਮੁੰਡਾ ਚਾਹੇ ਕੁੜੀ ਆ ਸ਼ਨੀਵਾਰ ਐਤਵਾਰੋਂ ਤੋਂ ਰੋਟੀ ਪਕਵਾਓ ਸਭ ਤੋਂ ਪਹਿਲੀ ਗੱਲ ਉਹਨੂੰ ਪਤਾ ਹੋਵੇ ਕਿ ਸ਼ਨੀਵਾਰ ਰਾਤ ਦੀ ਜਾਂ ਸਵੇਰ ਦੀ ਰੋਟੀ ਮੈਂ ਪਕਾਉਣੀ ਆ ਐਤਵਾਰ ਜਿੱਦਣ ਵੀ ਛੁੱਟੀ ਹੁੰਦੀ ਹੈ ਨਹੀਂ ਤਾਂ ਉੱਥੇ ਜਾ ਕੇ ਤਰਲੇ ਲੈਂਦੇ ਆ ਅਸੀਂ ਕਹਿੰਨੇ ਆ ਕਿ ਭਾਈ ਨਿਆਣੇ ਨੂੰ ਕੰਮ ਨਹੀਂ ਕਰਾਉਣਾ ਤੂੰ ਪੜ ਤੂੰ ਬੈਂਡ ਲੈਣੇ ਬਹੁਤ ਜ਼ਰੂਰੀ ਹੈ ਪਰ ਹਫ਼ਤੇ ਚ ਇੱਕ ਦਿਨ ਰਸੋਈ ਦਾ ਇੱਕ ਡੰਗ ਦੀ ਰੋਟੀ ਉਹੀ ਬਣਾਵੇ ਉਹੀ ਭਾਂਡੇ ਧੋਵੇ ਉਹਦਾ ਬਿਸਤਰਾ ਆਪਾਂ ਨਹੀਂ ਇਕੱਠਾ ਕਰਨਾ ਉਹ ਬਾਥਰੂਮ ਦੇ ਵਿੱਚੋਂ ਨਹਾ ਕੇ ਆਇਆ ਆਪਾਂ ਨਹਾ ਕੇ ਆਇਆ ਜੇ ਆਈ ਬੱਚੀ ਜਾਂ ਸਾਡੀ ਭੈਣ ਜਾਂ ਭਰਾ ਕੋਈ ਵੀ ਹੈ ਉਹਦਾ ਬਾਥਰੂਮ ਮੰਮੀ ਨਾ ਮਗਰੋਂ ਸਾਫ਼ ਕਰੇ ਉਹ ਵਾਈਪਰ ਜਾਂ ਆਪ ਹੀ ਫੇਰੇ ਕਿਉਂਕਿ ਉੱਥੇ ਜਾ ਕੇ ਜਦੋਂ 5-7 7 ਬੱਚਿਆਂ ਦੇ ਨਾਲ ਆਪਾਂ ਰਹਿਣਾ ਜੇ ਬੱਚਾ ਉੱਥੇ ਜਾਊਗਾ ਵਾਸ਼ਰੂਮ ਸਾਫ਼ ਕਰਕੇ ਸੁੱਕਾ ਹੋਊਗਾ ਅਗਲੇ ਦਿਨ ਉਹ ਕਹੂਗਾ ਯਾਰ ਮੈਂ ਇਹਦੇ ਨਾਲ ਰਹਿਣਾ ਹੀ ਬੰਦਾ ਚੰਗਾ ਹੈ ਜਾਂ ਉਹਦੀ ਕੁੜੀ ਕਹੂਗੀ ਚ ਇਹ ਕੁੜੀ ਚੰਗੀ ਆ ਪਾਈ ਇਹ ਕੋਈ ਗੱਲ ਨਹੀਂ 20 ਡਾਲਰ ਘੱਟ ਵੀ ਦੇ ਦੇਵੇ ਸਰਜੂ ਜਦੋਂ ਆਪਾਂ ਉੱਥੇ ਬਾਥਰੂਮ ਦੇ ਵਿੱਚੋਂ ਗਿੱਲੀਆਂ ਚ ਆਪਣਾ ਲੈ ਕੇ ਨਿਕਲਾਂਗੇ ਇੱਥੇ ਮੰਮੀ ਜਾਂ ਪਾਪਾ ਟੋਕੂ ਨਹੀਂ ਚਾਚਾ ਜਾਂ ਚਾਚੀ ਟੋਕੂ ਨਹੀਂ ਉੱਥੇ ਜਾ ਕੇ ਆਦਤ ਜਿਹੜੀ ਹੈ ਉਹੀ ਕਿਤੇ ਨਾ ਕਿਤੇ ਜਿਹੜੀ ਹੈ ਉਹ ਬਣੀ ਰਹਿੰਦੀ ਹੈ ਦੂਸਰੇ ਪਾਸੇ ਇਹ ਬੜੀ ਛੋਟੀ ਗੱਲ ਹੈ ਸ਼ੁਰੂ ਦੀ ਫਿਰ ਸਭ ਤੋਂ ਵੱਡੀ ਗੱਲ ਟੀਮ ਸਪਿਰਟ ਹਾਕੀ ਖੇਡਦੇ ਆ ਫੁੱਟਬਾਲ ਖੇਡਦੇ ਆ ਕਰ ਲਾਲਪਾਜੀ ਹੁਰੀ ਉਥੇ ਹਾਕੀ ਦੀ ਟੀਮ ਬਣਾਈ ਐ ਟੀਮ ਦੇ ਵਿੱਚ ਕੀ ਹੁੰਦਾ ਕਿ ਇੱਕ ਨੇ ਪਾਸ ਦੇਣਾ ਦੂਜੇ ਨੇ ਫੜਨਾ ਫਿਰ ਪਾਸ ਦੇਣਾ ਉਹ ਸਾਨੂੰ ਇੱਕ ਦੂਜੇ ਨਾਲ ਖੇਡਣਾ ਆਉਣਾ ਚਾਹੀਦਾ ਮੇਰੇ ਵੀ ਇੱਕ ਕੋਈ ਬੱਚਾ ਬਹੁਤਿਆਂ ਦੇ ਇੱਕ ਇੱਕ ਦੋ ਦੋ ਬੱਚੇ ਨੇ ਅਸੀਂ ਉਹਨਾਂ ਨੂੰ ਟੀਮ ਦੇ ਵਿੱਚ ਖੇੜਨੇ ਖੜਾਉਣੇ ਨਹੀਂ ਸ਼ੇਅਰ ਕਰਦੇ ਆਪਣੇ ਬੱਚੇ ਕੋਈ ਬਾਹਰੋਂ ਵੰਡਿਓ ਆ ਜਵੇ ਸਾਡੇ ਵੀ ਘਰ ਇਹੀ ਹੁੰਦਾ ਨਹੀਂ 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 ਮੇਰੇ ਖੜਾਉਣੇ ਨੂੰ ਕੋਈ ਹੱਥ ਨਾ ਲਾਵੇ ਸਾਡੇ ਬੱਚਿਆਂ ਦੇ ਵਿੱਚ ਇੱਕ ਦੂਸਰੇ ਦੇ ਨਾਲ ਰਲ ਕੇ ਚੱਲਣ ਦਾ ਉਹ ਮਾਦਾ ਹੀ ਘਟ ਗਿਆ ਮੰਮੀ ਉਹ ਨਹੀਂ ਚੰਗਾ ਡੈਡੀ ਉਹ ਨਹੀਂ ਚੰਗਾ ਉੱਥੋਂ ਟੈਲੀਫੋਨ ਆਉਂਦੇ ਹੁਣੇ ਉਹਨਾਂ ਦਾ ਨਹੀਂ ਕਸੂਰ ਕਸੂਰ ਸਾਡਾ ਕਿ ਅਸੀਂ ਉਹਨਾਂ ਨੂੰ ਭੂਆ ਦੇ ਨਿਆਣਿਆਂ ਨਾਲ ਮਾਸੀ ਦੇ ਨਿਆਣਿਆਂ ਨਾਲ ਮਾਮੇ ਦੇ ਨਿਆਣਿਆਂ ਨਾਲ ਗਵਾਂਡੀਆਂ ਦੇ ਨਾਲ ਅਸੀਂ ਉਹਨਾਂ ਨੂੰ ਘੁਲਣਾ ਮਿਲਣਾ ਸਿਖਾਇਆ ਹੀ ਨਹੀਂ ਉੱਥੇ ਤਾਂ ਜੇ ਕੰਮ ਵੀ ਲੱਭਣਾ ਕਿਸੇ ਨੂੰ ਟੈਲੀਫੋਨ ਕਰਨਾ ਪੈਣਾ ਕਿ ਭਾਜੀ ਦੀਦੀ ਕੰਮ ਹੈਗਾ ਮੈਨੂੰ ਕਿਤੇ ਕੰਮ ਦੇਖਿਓ ਤੇ ਸਾਡੇ ਬੱਚਿਆਂ ਨੂੰ ਸਾਰਿਆਂ ਦੀ ਗੱਲ ਨਹੀਂ ਕਰਦਾ ਚੰਗੇ ਵੀ ਬਹੁਤ ਨੇ ਸਫਲ ਬੜੇ ਹੋਏ ਆ ਪਰ ਜਿਨ੍ਹਾਂ ਨੂੰ ਸਮੱਸਿਆ ਆਉਂਦੀ ਹੈ ਉਹ ਇੱਥੋਂ ਸਾਨੂੰ ਸੈੱਟ ਕਰਕੇ ਭੇਜਣਾ ਦਸਵੀਂ ਦੇ ਪੇਪਰਾਂ ਤੋਂ ਬਾਅਦ ਛੁੱਟੀਆਂ ਹੁੰਦੀਆਂ ਮੈਂ ਬੇਨਤੀ ਕਰਦਾ ਮੁੰਡਿਆਂ ਨੂੰ ਬਿਜਲੀ ਦਾ ਲੱਕੜੀ ਦਾ ਮੇਖ ਮੁਖ ਠੋਕਣੀ ਸਿਖਾ ਕੇ ਭੇਜਿਓ ਛੁੱਟੀਆਂ 'ਚ ਉਹਨਾਂ ਨੂੰ ਮਾੜਾ ਲੱਗੂਗਾ ਹੋ ਸਕਦਾ ਕਮੈਂਟ ਬਾਕਸ ਦੇ ਵਿੱਚ ਥੱਲੇ ਗਾਲਾਂ ਹੀ ਕੱਢਣ ਕਈ ਕਈ ਯਾਰ ਆ ਗਏ ਤੇ ਕੈਨੇਡਾ ਜਾਣਾ ਮੈਂ ਕਹਿੰਨਾ ਕਿ ਜਿਹਨੂੰ ਮੇਰੇ ਮੈਨੂੰ ਕੋਈ ਕੰਮ ਨਹੀਂ ਜੀ ਆਉਂਦਾ ਖਬਰਾਂ ਕਰਨ ਤੋਂ ਬਿਨਾ ਕੋਈ ਕੰਮ ਨਹੀਂ ਆਉਂਦਾ ਨਾ ਟਰੱਕ ਚਲਾਉਣਾ ਆਉਂਦਾ ਨਾ ਮੇਖਾਂ ਠੋਕਣੀਆਂ ਆਉਂਦੀਆਂ ਜੇ ਚੈਨਲ ਖਤਮ ਹੋ ਜਾਣ ਕੱਲੂ ਤਾਂ ਮੈਂ ਕੰਮ ਕਿੱਥੇ ਕਰਨਾ ਕਿਤੇ ਵੀ ਨਹੀਂ ਜੇ ਕੋਈ ਵੀ ਹੁਨਰ ਆਉਂਦਾ ਚਾਹੇ ਬਿਜਲੀ ਦੀਆਂ ਦੋ ਤਾਰਾਂ ਕੱਸਣੀਆਂ ਆਉਂਦੀਆਂ ਤੁਹਾਨੂੰ ਉੱਥੇ ਜਿਹੜਾ ਕੰਮ ਦਾ ਮਾਲਕ ਆ ਉਹ ਘਰੋਂ ਲੈ ਕੇ ਜਾਊ ਇਹ ਵੀ ਕਹੂਗਾ ਰੋਟੀ ਦੀ ਪ੍ਰਵਾਹ ਨਹੀਂ ਕਰਨੀ ਤੂੰ ਬਸ 15 ਮਿੰਟ ਪਹਿਲਾਂ ਤਿਆਰ ਹੋਈ ਰੋਟੀ ਘਰੋਂ ਮੈਂ ਲੈ ਆਉਂ ਛੱਡ ਕੇ ਵੀ ਜਾਊ ਬਹੁਤੀ ਵਾਰ ਇਹ ਹੁੰਦਾ ਨਹੀਂ ਤਾਂ ਬੱਸਾਂ 'ਚ ਠੱਕੇ ਖਾਵਾਂਗੇ ਨਹੀਂ ਤਾਂ ਕੰਮ ਲੱਭਾਂਗੇ ਥੋੜਾ ਬਹੁਤ ਹੁਨਰ ਆਪਾਂ ਸਿਖਾ ਕੇ ਭੇਜਣਾ ਜਿੱਥੇ ਅਗਲੇ ਨੇ ਘੰਟੇ ਦੇ 15 ਡਾਲਰ ਦੇਣੇ ਹੋ ਸਕਦਾ ਕਿ ਭਾਈ 22 ਦੇਵੇ ਥੋੜੇ ਜਿਹਾ ਆਪਾਂ ਸੌਖੇ ਹੋ ਜਾਾਂਗੇ ਇਸ ਕਰਕੇ ਪਹਿਲੀ ਗੱਲ ਕਿ ਘਰ ਦੇ ਕੰਮ ਛੋਟੇ ਛੋਟੇ ਕਿ ਭਾਈ ਆਪਦਾ ਬਿਸਤਰਾ ਚੱਕਣਾ ਹੈ ਆਪਦਾ ਬਿਸਤਰਾ ਝਾੜਨਾ ਹੀ ਬਾਥਰੂਮ ਸਾਫ਼ ਕਰਨਾ ਹੀ ਰੋਟੀ ਜਦੋਂ ਪਕਾਈ ਕਿਉਂਕਿ ਜਦੋਂ ਆਪਾਂ ਨਿਆਣੇ ਨੂੰ ਇੱਥੇ 5-7 ਮਹੀਨੇ ਇਸ ਪ੍ਰਕਿਰਿਆ ਚੋਂ ਕੱਢਾਂਗੇ ਉਹਨੂੰ ਚੰਕਾ ਸਾਫ਼ ਕਰਨਾ ਆ ਜਾਣਾ ਨਹੀਂ ਤਾਂ ਅਗਲੇ ਕਹਿੰਦੇ ਜੀ ਭਾਂਡੇ ਲਵੇੜ ਕੇ ਸਿੱਟ ਗਿਆ ਆਟਾ ਇੱਥੇ ਖਲਾਰ ਗਿਆ ਦੂਜਾ ਬੰਦਾ ਆਉਂਦਾ ਕਿਉਂਕਿ ਅਗਲੇ ਨੇ ਕੰਮ ਤੋਂ ਆਉਣਾ ਉਹਦੇ ਕੋਲ ਅੱਧਾ ਘੰਟਾ ਉਹ ਫਿਰ ਕਹੂਗਾ ਯਾਰ ਇਹਨੂੰ ਇੱਥੋਂ ਭਜਾਓ ਪਹਿਲਾਂ ਇਹ ਤਾਂ ਇੱਥੇ ਕੰਮ ਸੂਤਰ ਨਹੀਂ ਆਉਂਦਾ ਤੀਸਰੀ ਗੱਲ ਜਿਹੜੀ ਹੈ ਸਟਰੀਟ ਸਮਾਰਟ ਨਾਂ ਦੀ ਇੱਕ ਗੱਲ ਹੁੰਦੀ ਹੈ ਕਿ ਭਾਈ ਸਾਡੇ ਬੱਚੇ ਜਿਹੜੇ ਹਨਾ ਚੁਸਤ ਹੋਣੇ ਚਾਹੀਦੇ ਆ ਚੁਸਤ ਇਹ ਨਹੀਂ ਕਿ ਆਪਾਂ ਕਹੀਏ ਕਿ ਭਾਈ ਚਾਚੇ ਦੇ ਖੇਤ ਦੇ ਵਿੱਚੋਂ ਕੁਝ ਤੋੜ ਕੇ ਲਿਆ ਮੈਂ ਕਹਿੰਨਾ ਕਿ ਬੱਚਾ ਜਦੋਂ 5ਵੀਂ 6ਵੀਂ 'ਚ ਹੋ ਜਾਂਦਾ ਮੈਂ ਇਹ ਗਲਤੀਆਂ ਕੀਤੀਆਂ ਬਾਕੀ ਨਾ ਕਰਨ ਉਹਨੂੰ ਆਪ ਆਪਾ ਪੈਸੇ ਦੇ ਕੇ ਨਾਲ ਭੇਜਣਾ ਕਿ ਪੁੱਤ ਭਾ ਤੂੰ ਕਰਨਾ ਧੀਏ ਅਸਮਾਨ ਤੂੰ ਲੈਣਾ ਹੀ ਦਾ ਕਹਨੇ ਆ ਇਹਨੂੰ ਇੱਥੋਂ ਨਾ ਖੰਡ ਮੰਗਾਓ ਤੇ ਇਹਦੇ ਪੈਸੇ ਉੱਥੇ ਹੀ ਛੱਡਿਆਉਂਦੇ ਆ ਅਸੀਂ ਸੌਦਾ ਲੈਣ ਭੇਜਦੇ ਹੀ ਨਹੀਂ ਸੌਦਾ ਲੈਣ ਵੀ ਭੇਜੀਏ ਬੱਚੇ ਨੂੰ ਘਰ ਦੀਆਂ ਜਦੋਂ ਸਮੱਸਿਆਵਾਂ ਆਉਂਦੀਆਂ ਉਹਨਾਂ ਦੇ ਵਿੱਚ ਬਿਠਾਈਏ ਕਿਉਂਕਿ ਉੱਥੇ ਜਾ ਕੇ ਬੇਸਮੈਂਟ ਵੀ ਲੱਭਣੀ ਹੈ ਤੇ ਸਭ ਤੋਂ ਵੱਡੀ ਗੱਲ ਈਮੇਲ ਲਿਖਣੀ ਆਪਾਂ ਇੱਥੇ ਈਮੇਲ ਚਿੱਠੀ ਲਿਖਣੀ ਛੜਤੀ ਆਪਾਂ ਤਾਂ ਵੌਇਸ ਮੈਸੇਜ ਕਰਦੇ ਆ ਇੱਥੇ ਆ ਜੀ ਉਹ ਉੱਥੇ ਚਲੇ ਜਾਈ ਹੋਏ ਉੱਥੇ ਜੇ ਤੁਸੀਂ ਕੰਮ ਵੀ ਲੱਭਣਾ ਤੁਹਾਨੂੰ ਈ ਬੱਚਾ ਪੜਨ ਜਾਂਦਾ ਉੱਥੇ ਟੀਚਰ ਦੇ ਨਾਲ ਕੋਈ ਗੱਲ ਕਰਨੀ ਮੈਨੂੰ ਛੁੱਟੀ ਚਾਹੀਦੀ ਹੈ ਮੇਰੀ ਅਸਾਈਨਮੈਂਟ ਲੇਟ ਹੈ ਜੀ ਅੱਜ ਮੈਂ ਮੈਡਮ ਸਰ ਆ ਨਹੀਂ ਸਕਦੀ ਜਾ ਨਹੀਂ ਸਕਦਾ ਈਮੇਲ ਕਰਕੇ ਲਿਖਣੀ ਹੈ ਸਾਡੇ ਬੱਚਿਆਂ ਨੂੰ ਕਿਉਂਕਿ ਇੱਥੇ ਕਲਚਰ ਨਹੀਂ ਇੱਥੇ ਉਹ ਸੱਭਿਆਚਾਰ ਨਹੀਂ ਈਮੇਲ ਨਹੀਂ ਲਿਖਣੀ ਆਉਂਦੀ ਚਿੱਠੀ ਨਹੀਂ ਲਿਖਣੀ ਆਉਂਦੀ ਉੱਥੇ ਫਿਰ ਦਿੱਕਤ ਆਉਂਦੀ ਆ ਤੇ ਅਸੀਂ ਫਿਰ ਆਲੇ ਦੁਆਲੇ ਜਿਹੜਾ ਹੁਕਮ ਦੇ ਫਿਰਦੇ ਆ ਤੇ ਦੂਸਰੀ ਗੱਲ ਜਿੰਨੇ ਵੀ ਮੋਤਵਾਰ ਸੱਜਣ ਬੈਠੇ ਨੇ ਪੰਚਾਇਤ ਮੈਂਬਰ ਕਲੱਬਾਂ ਦੇ ਪ੍ਰਧਾਨ ਕਿਸਾਨ ਯੂਨੀਅਨ ਦੇ ਪ੍ਰਧਾਨ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਆਪਾਂ ਪਿੰਡਾਂ ਦੇ ਵਿੱਚ ਅਸ਼ੀਤਪາກ ਸਿੰਘ ਹੋਰਾਂ ਦੇ ਨਾਂ ਤੇ ਪਾਰਕ ਬਣਾਇਆ ਕਿਆ ਬਾਤਾਂ ਗੁਰੂ ਘਰ ਬਣੇ ਆ ਜਣੀ ਇਕੱਠੇ ਹੋਣ ਨੂੰ ਕੇਂਦਰੀ ਸਥਾਨ ਜਿੱਥੋਂ ਸਾਨੂੰ ਸ਼ਕਤੀ ਮਿਲਦੀ ਹੈ ਸਾਲ ਦੇ ਵਿੱਚ ਇੱਕ ਵਾਰੀ ਗਾਈਡੈਂਸ ਐਂਡ ਕਾਉਂਸਲਿੰਗ ਦਾ ਕੈਂਪ ਲਵਾਓ ਜ਼ਰੂਰ ਪਿੰਡ 'ਚ ਅਜੇ ਤੱਕ ਮੈਂ ਧੱਕੇ ਖਾਨਾ ਇੱਥੇ ਮੈਂ ਲੱਭ ਰਿਹਾ ਕਿ ਮੈਨੂੰ ਕੋਈ 2 4 10 ਜਥੇਬੰਦੀਆਂ ਕੋਈ ਸੰਸਥਾਵਾਂ ਮਿਲ ਜਾਣ ਮੈਂ ਫੇਸਬੁੱਕ ਦੇ ਉੱਤੇ ਉਹਨਾਂ ਦੇ ਟੈਲੀਫੋਨ ਨੰਬਰ ਪਵਾ ਲਮਾ ਕਿ ਭਾਈ ਬਾਹਰਲੇ ਬੰਦੇ ਆਉਂਦੇ ਆ ਜਾਂ ਪਿੰਡ ਦੇ ਬੰਦੇ ਪੈਸੇ ਇਕੱਠੇ ਕਰਦੇ ਆ ਤੇ ਉਹ ਇਹਨਾਂ ਨੂੰ ਸੱਦ ਸਕਣ ਤੇ ਉਹ ਸਾਡੇ ਬੱਚਿਆਂ ਨੂੰ ਦੱਸ ਸਕਣ ਜਿਹੜੀ ਪਲੱਸ 2 ਤੋਂ ਬਾਅਦ ਦੀ ਗੱਲ ਕੀਤੀ ਹੈ ਮੈਂ 10ਵੀਂ ਪਾਸ ਕੀਤੀ ਮੈਨੂੰ 11ਵੀਂ ਜਾ ਕੇ ਪਤਾ ਲੱਗਾ ਪ੍ਰੋਸਪੈਕਟਰਸ ਨਾਲ ਦੀ ਵੀ ਕੋਈ ਸ਼ੈ ਹੁੰਦੀ ਹੈ ਕਿ ਸਾਨੂੰ ਵਿਸ਼ੇ ਚੁਣਨੇ ਪੈਣੇ ਦੱਸਿਆ ਹੀ ਨਹੀਂ ਹਿਸਟਰੀ ਪੋਲਿਟੀਕਲ ਸਾਇੰਸ ਇਲੈਕਟਿਵ ਪੰਜਾਬੀ ਤਿੰਨਾਂ ਦੇ ਪਤਾ ਸੀ ਦੋ ਇੰਗਲਿਸ਼ ਪੰਜਾਬੀਆਂ ਕਹਿੰਦੇ ਪੜ੍ਹਣੀਆਂ ਪੈਣੀਆਂ ਹਾਲਾਤ ਅੱਜ ਵੀ ਕਿਤੇ ਨਾ ਕਿਤੇ ਉਹੀ ਹੈ ਅਸੀਂ ਚਾਰ ਚੀਜ਼ਾਂ ਦੇ ਉੱਤੇ ਧਿਆਨ ਦਿੱਤਾ ਬੱਚੇ ਨੂੰ ਆਇਲਸ ਕਰਾਉਣੀ ਹੈ ਅਸੀਂ ਪੈਸੇ ਇਕੱਠੇ ਕਰਨੇ ਆ ਉਹਦੇ ਤੋਂ ਬਾਅਦ ਗਰ ਲਾਲ ਭਾਜੀ ਅਰਗੇ ਸੱਜਣ ਨੂੰ ਕਹਤਾ ਚਾਰਕ ਦਿਨ ਰੱਖ ਇਹ ਰਹੀ ਜ਼ਰੂਰੀ ਚੀਜ਼ਾਂ ਨੇ ਪਰ ਹੁਣ ਅਸੀਂ ਦੇਖਣਾ ਹੈ ਕਿ ਭਾਈ ਜਿਹੜੀ ਬੇਸਮੈਂਟ ਦੇ ਵਿੱਚ ਸਾਡਾ ਬੱਚਾ ਜਾਂ ਬੱਚੀ ਰਹਿੰਦੇ ਆ ਉਹਦੇ ਨਾਲ ਕੌਣ ਹੈ ਸੰਗਤ ਕਿਹੜੀ ਹੈ ਜਿਨ੍ਹਾਂ ਨਸ਼ਾ ਪੰਜਾਬ ਚ ਹੈ ਉਹਨਾਂ ਕੀ ਨਸ਼ਾ ਕੈਨੇਡਾ ਚ ਹੈ ਜਿਨ੍ਹਾਂ ਨਸ਼ਾ ਪੰਜਾਬ ਚ ਹੈ ਉਹ ਜਿੱਥੋਂ ਮਰਜੀ ਲੈ ਲਓ ਆਸਟ੍ਰੇਲੀਆ ਇੰਗਲੈਂਡ ਯੂ ਐਸ ਏ ਜਿੱਥੋਂ ਮਰਜੀ ਲੈ ਲਓ ਅਸੀਂ ਸਾਰੀਆਂ ਚੀਜ਼ਾਂ ਬੱਚੇ ਦੇ ਵਿੱਚ ਪਾ ਕੇ ਭੇਜਦੇ ਆ ਪਰ ਭਲੇbure ਦੀ ਪਛਾਣ ਕਰਨ ਯੋਗ ਬਣਾ ਕੇ ਨਹੀਂ ਭੇਜਦੇ ਸਾਨੂੰ ਐ ਲੱਗਦਾ ਕਿ ਭਾਈ ਜਹਾਜ਼ ਚੜ੍ਹੇ ਉੱਥੇ ਉਤਰ ਗਿਆ ਤਾਂ ਸਭ ਕੁਝ ਠੀਕ ਹੈ ਉੱਥੇ ਤਾਂ ਬੱਚੇ ਨੇ ਕੰਮ ਦੇ ਉੱਤੇ ਵੀ ਜਾਣਾ ਤੇ ਉਹਨੂੰ ਦੇਖਣਾ ਪੈਣਾ ਕਿ ਬੰਦਾ ਮਾੜਾ ਕਿ ਚੰਗਾ ਆਪਣੇ ਬੰਦੇ ਉੱਥੇ ਬਹੁਤ ਚੰਗੇ ਨੇ ਆਪਣੇ ਮਾੜੇ ਵੀ ਹੈਗੇ ਆ ਉੱਥੇ ਏਦਾਂ ਦੇ ਵੀ ਆ ਜਿਹੜੇ ਧੀਏ ਪੁੱਤ ਕਰਕੇ ਉੱਥੇ ਕਹਿੰਦੇ ਜੀ ਕੰਮ ਕਰ ਕੋਈ ਗੱਲ ਨਹੀਂ ਧੀਏ ਪੁੱਤ ਮੈਂ ਛੱਡ ਕੇ ਆਉਣਾ ਅੱਧੀ ਰਾਤ ਹੋ ਗਈ ਏਦਾਂ ਦੇ ਵੀ ਹੈਗੇ ਆ ਜਿਹੜੇ ਉੱਥੇ ਨੋਚਣ ਨੂੰ ਫਿਰਦੇ ਹੁੰਦੇ ਆ ਉਹ ਕਿੱਦਾਂ ਪਤਾ ਲੱਗਣਾ ਸਾਡੇ ਬੱਚੇ ਨੂੰ ਕਿ ਅਸੀਂ ਕਿੰਨਾ ਕੁ ਡਿਸਟੈਂਸ ਰੱਖ ਕੇ ਚੱਲਣਾ ਹੈ ਅਸੀਂ ਕਿੰਨਾ ਕੁ ਕਿਸੇ ਦੇ ਨੇੜੇ ਹੋਣਾ ਉਹ ਤਾਂ ਹੋਣਾ ਜੇ ਅਸੀਂ ਬੱਚੇ ਨੂੰ ਇੱਥੇ ਭਲੇ ਬੁਰੇ ਦੀ ਪਹਿਚaan ਕਰਾਉਣ ਦੇ ਯੋਗ ਬਣਾ ਕੇ ਭੇਜਾਂਗੇ ਬਹੁਤਿਆਰ ਕਰਕੇ ਉਹੀ ਬੱਚੇ ਖੱਜਲ ਹੁੰਦੇ ਆ ਜਿਨ੍ਹਾਂ ਨੂੰ ਅਸੀਂ ਘਰੋਂ ਬਾਹਰ ਲਿਜਾਉਂਦੇ ਨਹੀਂ ਜਾਂ ਘਰੋਂ ਬਾਹਰ ਲਿਜਾ ਕੇ ਉਹਨਾਂ ਨੂੰ ਅਸੀਂ ਕਿਉਂਕਿ ਸਿੱਟਣਾ ਬਹੁਤ ਜ਼ਰੂਰੀ ਬੱਚਾ ਠੋਕਰ ਖਾ ਕੇ ਸਿੱਖੂਗਾ ਨਾ ਹੁਣ ਹਾਲਾਤ ਕੀ ਨੇ ਮਾਨਸਿਕ ਤੌਰ ਦੇ ਉੱਤੇ ਸਮੱਸਿਆ ਕਿੱਥੇ ਆਉਂਦੀ ਹੈ ਹੁਣ ਮੈਨੂੰ ਪਤਾ ਕਿ ਜਦੋਂ ਮੇਰੀ ਉਮਰ ਦੇ ਬੱਚੇ ਪੜ੍ਹਦੇ ਹੁੰਦੇ ਸੀ ਜਦੋਂ ਅਸੀਂ ਬੱਚੇ ਸੀ ਪੈਸਿਆਂ ਟਕਿਆਂ ਦੀ ਤੰਗੀ ਹੁੰਦੀ ਸੀ ਕਿ 400 ਆ 400 ਦੇ ਵਿੱਚੋਂ ਆ ਵੀ ਕਰਨਾ ਅੱਜ ਦੇ ਨਿਆਣਿਆਂ ਨੂੰ ਤੰਗੀ ਨਹੀਂ ਹੈ ਬਹੁਤਿਆਂ ਨੂੰ ਅਸੀਂ ਉਹਨੂੰ ਕਹਿੰਦੇ ਆ ਕਿ ਤੂੰ ਬਾਕੀ ਕੋਈ ਫਿਕਰ ਨਹੀਂ ਕਰਨਾ ਉਹਨਾਂ ਨੂੰ ਫਿਕਰ ਕਰਾਉਣਾ ਉਹਨਾਂ ਨੂੰ ਫਿਕਰ ਕਰਨਾ ਆਵੇ ਕਿਉਂਕਿ ਉੱਥੇ ਪੜ੍ਹਨਾ ਵੀ ਹੈ ਕੰਮ ਵੀ ਕਰਨਾ ਇੱਕਦਮ ਫਿਕਰ ਵੀ ਕਰਨਾ ਤਿੰਨੇ ਚੀਜ਼ਾਂ ਇਕੱਠੀਆਂ ਜਦੋਂ ਗੱਲ ਪੈਂਦੀਆਂ ਤਾਂ ਬੱਚੇ ਤੇ ਪ੍ਰੈਸ਼ਰ ਪੈਂਦਾ ਤੇ ਜਦੋਂ ਬੱਚੇ ਤੇ ਪ੍ਰੈਸ਼ਰ ਪੈਂਦਾ ਤੇ ਬੱਚਾ ਤਾਂ ਨਵਾਂ ਗਿਆ ਉਹਨੂੰ ਪਤਾ ਵੀ ਨਹੀਂ ਡਾਕਟਰ ਕਿੱਥੇ ਆ ਉੱਥੇ ਤਾਂ ਭੂਆ ਵੀ ਨਹੀਂ ਉੱਥੇ ਮਾਸੀ ਵੀ ਨਹੀਂ ਉੱਥੇ ਤਾਂ ਸਹੇਲੀ ਵੀ ਨਹੀਂ ਉੱਥੇ ਤਾਂ ਮੁੰਡੇ ਦਾ ਦੋਸਤ ਵੀ ਨਹੀਂ ਉਹ ਫਿਰ ਬੱਚਾ ਮਨ ਦਾ ਗੁੱਬਗਲਟ ਕਿਹਦੇ ਨਾਲ ਕੱਢੇ ਤੁਸੀਂ ਦੇਖੋ ਕਿ ਨਵੀਂ ਧਰਤੀ ਹੈ ਨਾ ਬਸ ਦਾ ਪਤਾ ਨਾ ਟ੍ਰੇਨ ਦਾ ਪਤਾ ਨਾ ਉਹਦੇ ਕੋਲੇ ਕੋਈ ਰਿਸ਼ਤੇਦਾਰ ਹੈ ਨਾ ਕੋਈ ਸੱਜਣ ਮਿੱਤਰ ਹੈ ਪੈਸੇ ਥੋੜੇ ਨੇ ਮਾਸਟਰ ਉੱਥੇ ਟੀਚਰ ਲੈਕਚਰਰ ਪੜਾਉਂਦਾ ਉਹਦੀ ਇੰਗਲਿਸ਼ ਸਮਝ ਨਹੀਂ ਆਉਂਦੀ ਪਹਿਲੇ 2-3 ਮਹੀਨੇ ਆਇਦਰਲੇ ਪਾਸੇ ਪਿੰਡ ਜਾਣ ਨੂੰ ਜੀ ਕਰਦਾ ਉੱਥੇ ਸਾਰਾ ਕੁਝ ਕੰਟਰੋਲ 'ਚ ਹੁੰਦਾ ਸੀ ਉਸ ਲਈ ਬੱਚੇ ਮਾਨਸਿਕ ਤੌਰ ਤੇ ਤਣਾਅ ਚ ਆਉਂਦੇ ਐ ਦਬਾਅ ਚ ਆਉਂਦੇ ਐ ਇਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਭਾਈ ਸਮਾਂ ਆ ਗਿਆ ਬੱਚੇ ਭੇਜੋ ਜਮ ਜਮ ਭੇਜੋ ਪਰ ਉਹਨਾਂ ਨੂੰ ਥੋੜ੍ਹਾ ਜਿਹਾ ਮਜ਼ਬੂਤ ਬਣਾ ਕੇ ਭੇਜਣਾ ਪੈਣਾ ਬੱਚੇ ਉੱਥੇ ਬਹੁਤ ਰਕੀ ਕਰਦੇ ਐ ਅਈਕ 8 ਸਾਲ ਪਹਿਲਾਂ ਮੁੰਡਾ ਗਿਆ ਸੀ ਗੁਰਲਾਲ ਪਾਜੀ ਉਹਨਾਂ ਦੇ ਸ਼ਹਿਰ ਦੇ ਵਿੱਚ ਹੀ 9 ਸਾਲ ਹੋਏ ਹੋਣੇ ਆ ਐਮਐਲਏ ਦੀ ਇਲੈਕਸ਼ਨ ਲੜਨ ਲੱਗਾ ਸਟੂਡੈਂਟ ਗਿਆ ਸੀ ਐਮਐਲਏ ਦੀ ਇਲੈਕਸ਼ਨ ਉਹ ਵੀ ਬੱਚੇ ਨੇ ਪਰ ਹੋ ਸਕਦਾ ਉਹ ਸ਼ਹਿਰ ਦੇ ਹੋਣ ਅਸੀਂ ਤਾਂ ਪਿੰਡਾਂ ਵਾਲੇ ਆ ਭਾਈ ਅਸੀਂ ਤਾਂ ਖੇਤੀ ਕਰਦੇ ਆ ਸਾਡਾ ਵਾਹ ਉੱਥੇ ਤੱਕ ਨਹੀਂ ਪੈਂਦਾ ਜਿਹਦਾ ਕੋਈ ਰਿਸ਼ਤੇਦਾਰ ਥੋੜਾ ਜਿਹਾ ਉੱਪਰਲੇ ਅਹੁਦੇ ਤੇ ਗਿਆ ਬਹੁਤਾ ਪੜਿਆ ਲਿਖਿਆ ਉਹ ਤਾਂ ਦੱਸ ਦੋਸ ਦਿੰਦਾ ਬਾਕੀਆਂ ਨੂੰ ਸਾਨੂੰ ਨਹੀਂ ਪਤਾ ਲੱਗਦਾ ਸੋ ਮੈਂ ਬੇਨਤੀ ਕਰਦਾ ਕਿ ਭਾਈ ਥੋੜਾ ਜਿਹਾ ਭਲੇbure ਦੀ ਪਛਾਣ ਕਰਾ ਕੇ ਇੱਥੋਂ ਭੇਜਣੀ ਹੈ ਕਿ ਬੱਚਾ ਕਿਸੇ ਤੋਂ ਧੋਖਾ ਨਾ ਖਾਵੇ ਤੇ ਕਿਸੇ ਦੇ ਨਾਲ ਧੋਖਾ ਜਿਹੜਾ ਉਹ ਕਰੇ ਨਾ। ਦੂਸਰੀ ਗੱਲ ਇੱਕ ਜਿਹੜੀ ਸਭ ਤੋਂ ਵੱਡੀ ਸਮੱਸਿਆ ਆਉਂਦੀ ਹੈ। ਸਾਡੇ ਬੱਚੇ ਮੋਬਾਈਲ ਨਹੀਂ ਛੱਡਦੇ। ਜਦੋਂ ਕੰਮ ਤੇ ਗਏ ਨਾ ਉਹਨਾਂ ਨੂੰ ਸਿਖਾਈਏ ਕਿ ਪਾਈ ਅਗਲੇ ਨੇ 8 ਘੰਟੇ ਕੰਮ ਕਰਾਉਣਾ ਮੋਬਾਈਲ ਨਹੀਂ ਦੇਖਣਾ। ਹੁਣ ਕੰਪੈਰੀਜ਼ਨ ਕਰਨ ਲੱਗ ਪਏ। ਕਈ ਬੱਚੇ ਬਹੁਤ ਮਿਹਨਤੀ ਨੇ। ਹੁਣ ਨੌਕਰੀਆਂ ਤਾਂ ਉੱਥੇ ਉਨੀਆਂ ਕੀ ਆ ਨਾ ਬੱਚੇ ਤਾਂ ਸਾਡੇ ਲੱਖਾਂ ਦੀ ਗਿਣਤੀ ਜਾਂਦੇ ਆ। ਹੁਣ ਮੰਨ ਲਓ ਇਹਨਾਂ ਨੇ ਕੋਈ ਬੰਦਾ ਕਿੱਥੇ ਗਿਆ ਖਟਕੜ ਸਾਹਿਬ। ਅੱਛਾ ਇਹਨਾਂ ਨੇ ਕੋਈ ਬੰਦਾ ਕੰਮ ਦੇ ਉੱਤੇ ਰੱਖਿਆ। ਹੁਣ ਇੱਕ ਬੱਚਾ ਤਾਂ ਮੇਰੇ ਵਰਗਾ 15 ਮਿੰਟ ਹੀ ਐ ਕਰਕੇ ਮੋਬਾਈਲ ਦੇਖਦਾ ਫੇਸਬੁੱਕ ਤੇ ਕੀ ਆਇਆ ਉਹ ਪਰੇ ਹੋ ਕੇ ਬਾਥਰੂਮ ਦੇ ਵਿੱਚ ਜਾ ਕੇ ਫੋਨ ਸੁਣਦਾ ਉਹਦੀ ਅਗਲੇ ਦਿਨ ਛੁੱਟੀ ਹੋ ਜਾਣੀ ਹੈ ਜਦੋਂ 8 ਘੰਟੇ ਕੰਮ ਕਰਨਾ ਫਿਰ ਕੰਮ ਕਰਨਾ ਬਾਅਦ ਚ ਦੇਖ ਲਿਓ ਲੰਚ ਟਾਈਮ ਦੇ ਉੱਤੇ ਦੇਖ ਲਿਓ ਬਹੁਤ ਸਾਰੇ ਹੋਰ ਕੌਮਾਂ ਦੇ ਹੋਰ ਦੇਸ਼ਾਂ ਦੇ ਬੱਚੇ ਨੇ ਕਿਉਂਕਿ ਉਹਨਾਂ ਦੇ ਕੋਲੇ ਇਕੱਲੇ ਅਸੀਂ ਮੰਡੀ ਨਹੀਂ ਉੱਥੇ ਫਿਲੀਪਾਈਨਸ ਤੋਂ ਬਹੁਤ ਸਾਰੇ ਬੱਚੇ ਜਾਂਦੇ ਆ ਉੱਥੇ ਚਾਈਨਾ ਤੋਂ ਬੱਚੇ ਜਾਂਦੇ ਆ ਉੱਥੇ ਪਾਕਿਸਤਾਨ ਤੋਂ ਜਾਂਦੇ ਆ ਬੰਗਲਾਦੇਸ਼ ਤੋਂ ਜਾਂਦੇ ਆ ਅਫਗਾਨਿਸਤਾਨ ਤੋਂ ਜਾਂਦੇ ਆ ਕਿਤਨੇ ਕਿਤੇ ਧਾਰਨਾ ਬਣ ਲੱਗ ਪਈ ਐ ਕਿ ਆਪਣੇ ਬੱਚੇ ਕੰਮ ਤੇ ਧਿਆਨ ਘਟ ਦਿੰਦੇ ਐ ਹੋਰ ਪਾਸੇ ਧਿਆਨ ਵੱਧ ਦਿੰਦੇ ਐ ਉਹ ਫਿਰ ਕਹਿੰਦੇ ਨਹੀਂ ਯਾਰ ਵੀ ਉਹ ਲਿਆ ਉਹ ਬੰਦੇ ਠੀਕ ਨਹੀਂ ਉਹ ਕੰਮ ਸਹੀ ਕਰਦੇ ਐ ਮੋਬਾਈਲ ਨਾਲ ਧਿਆਨ ਨਹੀਂ ਦਿੰਦੇ ਬੱਚਿਆਂ ਨੂੰ ਇਸ ਗੱਲ ਪਾ ਕੇ ਭੇਜੋ ਕਿ 8 ਤੋਂ ਜੇ 2 ਵਜੇ ਤੱਕ ਕੰਮ ਕਰਨਾ 7:55 ਤੇ ਪਹੁੰਚਣਾ ਸਾਡੇ ਵਾਂਗੂ ਨਹੀਂ ਪਹੁੰਚਣਾ ਜਿੱਦਾਂ ਅਸੀਂ ਆਏ ਅੱਜ ਉੱਥੇ ਜਾ ਕੇ ਕੰਮ ਕਿਤਨੇ ਕਿਤੇ ਖਰਾਬ ਹੁੰਦਾ ਤੇ ਜੇ 2 ਵਜੇ ਕੰਮ ਮੁੱਕਦਾ ਤਾਂ 2:05 ਮਿੰਟ ਤੇ ਛੱਡਣਾ ਆਪਾਂ 1:55 ਦੇ ਉੱਤੇ ਨਹੀਂ ਪਰਸ ਜਾਂ ਮੁੰਡੇ ਨੇ ਆਪਣੇ ਮੋਬਾਈਲ ਦਾ ਕਵਰ ਜਿਹਾ ਕਰਨਾ ਉਹ ਇੱਕ ਇੰਡੀਕੇਸ਼ਨ ਹੈ ਬਹੁਤ ਸਾਰੇ ਬੱਚੇ ਮੁਫਤ ਚ ਪੱਕੇ ਹੁੰਦੇ ਆ ਜਦੋਂ ਮਾਲਕ ਨੂੰ ਲੱਗਦਾ ਨਹੀਂ ਯਾਰ ਕਿਉਂਕਿ ਉਹਨੇ ਕੰਮ ਨੂੰ ਰੱਖਿਆ ਤਾਂ ਜੇ ਅਸੀਂ ਕੰਮ ਦੇ ਉੱਤੇ ਰੱਖ ਕੇ ਸਿਰ ਜਿੱਦਾਂ ਮੈਂ ਅੱਜ ਕਿਹਾ ਕਿ ਬੰਦੇ ਸਰੀਰੋਂ ਤਾਂ ਮੇਰੇ ਨਾਲ ਸੀ ਦਿਮਾਗੋਂ ਨਹੀਂ ਸੀ ਨਾਲ ਆਪਾਂ ਉੱਥੇ ਇਕੱਲਾ ਸਰੀਰ ਲੈ ਕੇ ਨਹੀਂ ਬਹਿਣਾ ਆਪਾਂ ਦਿਮਾਗ ਲੈ ਕੇ ਵੀ ਬਹਿਣਾ ਫਿਰ ਨਹੀਂ ਤਾਂ ਜਿੱਦਾਂ ਮੈਂ ਲੇਟ ਹੋਇਆ ਫਿਰ ਉਹ ਸਾਰੇ ਕੰਮਾਂ ਦੇ ਵਿੱਚ ਲੇਟ ਹੋਈ ਜਾਣਗੇ ਤੇ ਦੂਸਰੀ ਗੱਲ ਜਿਹੜੀ ਸਬਜੈਕਟ ਦੀ ਚੋਣ ਦੀ ਦੇਖੋ ਵੱਡੀ ਕੋਠੀ ਹੁੰਦੀ ਹੈ ਵੱਡੀ ਕਾਰ ਹੁੰਦੀ ਹੈ ਸੰਤੁਸ਼ਟੀ ਨਹੀਂ ਹੁੰਦੀ ਕਈ ਵਾਰੀ ਬਹੁਤ ਪੈਸੇ ਆ ਜਾਂਦੇ ਘਰਾਂ ਦੇ ਵਿੱਚ ਫਿਰ ਵੀ ਝਗੜੇ ਹੁੰਦੇ ਆ ਕਿਉਂਕਿ ਅਸੀਂ ਬਾਹਰੋਂ ਅਮੀਰ ਹੋ ਗਏ ਅੰਦਰੋਂ ਖਾਲੀ ਹੋ ਗਏ ਮੈਨੂੰ ਕਦੀ ਕਦੀ ਲੱਗਦਾ ਕਿ ਬਾਹਰੋਂ ਅਸੀਂ ਸਾਡੇ ਕੋਲ ਬਹੁਤ ਕੁਝ ਆ ਗਿਆ ਪਰ ਅੰਦਰੋਂ ਖਾਲੀ ਐ ਹੁਣ ਪਹਿਲੀ ਗੱਲ ਕਿ ਆਪ ਦੇ ਬੱਚੇ ਦੇ ਉੱਤੇ ਪ੍ਰੈਸ਼ਰ ਨਾ ਪਾਓ ਕਿ ਪੁੱਤ ਧੀਏ ਤੂੰ ਆਹੀ ਕਰਨਾ ਉਹ ਬੱਚਾ ਜੋ ਚਾਹੁੰਦਾ ਉਥੇ ਤਾਂ ਜਿਹੜੇ ਚਿੱਤਰ ਬਣਾਉਣ ਵਾਲੇ ਚਿੱਤਰਕਾਰੀ ਕਰਨ ਵਾਲੇ ਬੱਚੇ ਆ ਉਹ ਵੀ ਜਾ ਕੇ ਪੱਕੇ ਹੁੰਦੇ ਆ ਬੱਚੇ ਦਾ ਸ਼ੌਕ ਕੀ ਐ ਨਹੀਂ ਤਾਂ ਬੱਚਾ ਖਿਜੂਗਾ ਬੱਚੇ ਦਾ ਸੁਭਾਅ ਚੜਚੜਾ ਹੋਊਗਾ ਫਿਰ ਪਿੱਛੋਂ ਕਹਾਂਗੇ ਯਾਰ 8 ਦਿਨ ਹੋ ਗਏ ਫੋਨ ਹੀ ਨਹੀਂ ਆਇਆ ਜਦੋਂ ਬੱਚੇ ਦੀ ਸੰਤੁਸ਼ਟੀ ਨਹੀਂ ਹੋਊਗੀ ਉਸ ਪੜ੍ਹਾਈ 'ਚ ਉਸ ਕੰਮ ਦੇ ਵਿੱਚ ਫਿਰ ਨਿਆਣੇ ਕਈ ਪਾਸੇੋਂ ਸੰਤੁਸ਼ਟੀ ਲੈਂਦੇ ਆ ਸਿਆਣੇ ਵੀ ਸੰਤੁਸ਼ਟੀ ਕਈ ਪਾਸੇੋਂ ਲੈਂਦੇ ਆ ਫਿਰ ਅਸੀਂ ਕਹਿੰਨੇ ਜੀ ਵਿਗੜਦੇ ਜਾਂਦੇ ਆ ਕੋਰਸ ਉਹ ਹੀ ਚੂਜ਼ ਕਰਨ ਦਿਓ ਜਿਹਦੇ ਵਿੱਚ ਉਹਦਾ ਜੀ ਕਰਦਾ ਕੰਸਲਟੈਂਟ ਨੂੰ ਨਾ ਪੁੱਛੋ ਕਿ ਇਹਨੂੰ ਜੀ ਇੱਕ ਕਰੀ ਭੇਜਣਾ ਆ ਉੱਥੇ ਉਹ ਕਹਿੰਦੇ ਉੱਥੇ ਜਾ ਕੇ ਕਾਲਜ ਚੇਂਜ ਕਰ ਲਿਓ ਕੋਰਸ ਚੇਂਜ ਕਰ ਲਿਓ ਨਹੀਂ ਕੰਸਲਟੈਂਟ ਤੇ ਨਹੀਂ ਰਹਿਣਾ 10 ਬੰਦ ਕਾਗਜ਼ ਪੈਨ ਨਾਲ ਲੈ ਕੇ ਜਾਣਾ ਜਦੋਂ ਕਿਸੇ ਏਜੰਟ ਕੋ ਜਾਣਾ ਤੁਹਾਡੇ ਕੋਲ ਕਾਗਜ਼ ਤੇ ਪੈਨ ਹੋਵੇ ਜੋ ਕੁਛ ਉਹ ਕਹਿੰਦਾ ਨੋਟ ਕਰੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਐਕਚੁਅਲ ਜ ਮੇਰਾ ਸਵਾਲ ਨਹੀਂ ਹੈਗਾ ਮੈਂ ਥੈਂਕ ਯੂ ਕਰਨ ਆਸਤੇ ਆਇਆ ਪ੍ਰਾਇਮੇਸ਼ੀਆ ਦਾ ਮੇਰਾ ਪਿੰਡ ਸਮਾਲਸਰ ਹੈ ਜੀ ਤੇ ਮੈਂ ਯੂ ਐਸ ਏ ਤੋਂ ਆਇਆ ਏ ਤੇ ਮੇਰਾ ਨਾਮ ਗੁਰਪ੍ਰੀਤ ਹੈ ਜੀ ਤੇ ਮੈਂ ਪੇਂਟਿੰਗ ਕਰਦਾ ਹਾਂ ਜੀ ਟਰੱਕ ਦੇ ਵਿੱਚ ਪੇਂਟਿੰਗ ਕਰਦਾ ਏ ਤੇ ਇੱਕ ਵਾਰੀ ਮੈਂ ਨਾ ਪੇਂਟਿੰਗ ਬਣਾ ਕੇ ਤੇ ਬਾਈ ਪਰਮਵੀਰ ਨੂੰ ਭੇਜਤੀ ਆਪਦੀ ਪੇਂਟਿੰਗ ਤੇ ਇਹਨਾਂ ਨੇ ਨਾਲ ਦੀ ਨਾਲ ਹੀ ਮੈਨੂੰ ਬੈਕ ਕਾਲ ਕਰਕੇ ਤੇ ਨਾਲੇ ਤਾਂ ਮੇਰੀ ਪ੍ਰੇਜ਼ ਕੀਤੀ ਚਲੋ ਜਿੰਨੀ ਕਿ ਮੇਰੀ ਸ਼ਮਤਾ ਸੀ ਉਹਦੇ ਮੁਤਾਬਕ ਔਰ ਦੂਸਰੀ ਗੱਲ ਮੇਰੀ ਇਹਨਾਂ ਨੇ ਬੜੀ ਤਾਰੀਫ ਆਪਦੇ ਚੈਨਲ ਤੇ ਕੀਤੀ ਉਹਦੇ ਲਈ ਮੈਂ ਸਪੈਸ਼ਲ ਅੱਜ ਸਮਾਰਸਰ ਤੋਂ ਚੱਲ ਕੇ ਇਹਨਾਂ ਦਾ ਥੈਂਕ ਯੂ ਕਰਨਾ ਆ ਜੀ ਬਹੁਤ ਬਹੁਤ ਧੰਨਵਾਦ ਧੰਨਵਾਦ ਜਿੰਨੇ ਵੀ ਸਟੂਡੈਂਟ ਆ ਜੀ ਉਹਨਾਂ ਹੀ ਜੰਟਾਂ ਦੇ ਸ਼ਿਕਾਰ ਹੋ ਰਹੇ ਆ ਜੀ ਉਹ ਕੰਝਾਂ ਨੂੰ ਆਪਾਂ ਹੀ ਘਰੋਂ ਕਮਜ਼ੋਰ ਹੁੰਦੇ ਆ ਤੇ ਬੈਂਡ ਨਹੀਂ ਆਉਂਦੇਗੇ ਉਹ ਕਹਿੰਦੇ ਜੀ ਸਾਨੂੰ ਅੱਠ ਪੂਰੇ ਕਰਕੇ ਸਾਡੇ ਨਾਲ ਪੈਕ ਕਰ ਲੋ ਜੀ ਕਿਉਂਕਿ ਇਹ ਜ਼ਰੂਰ ਹੈ ਤੁਸੀਂ ਆਪਦੇ ਚੈਨਲ ਰਹੀਂ ਇਹਨਾਂ ਆਪਾਂ ਸਟੂਡੈਂਟਾਂ ਤੱਕ ਗੱਲ ਪਹੁੰਚਾਈਏ ਵੀ ਇੱਕ ਗਾਂ ਵੀ ਦਿੱਕਤ ਆਉਂਦੀ ਹੈ ਇੱਥੇ ਵੀ ਆਉਂਦਾ ਪੈਸਾ ਵੀ ਬਰਬਾਦੀ ਹੁੰਦਾ ਜੀ ਤੇ ਕਿਸੇ ਨਾ ਕਿਸੇ ਢੰਗ ਨਾਲ ਜੇ ਤੁਸੀਂ ਪ੍ਰੋਗਰਾਮ ਕਰੋਗੇ ਤੇ ਤੁਹਾਡੇ ਨਾਲ ਵੱਧ ਦਰਸ਼ਕ ਜੁੜੇ ਹੋਇਆ ਤੇ ਕੋਈ ਸੁਨੇਹਾ ਜਾਊ ਚੰਗਾ ਹੈ। ਨਹੀਂ ਸ਼ੁਕਰੀਆ ਜੀ ਇੱਕ ਨਾ ਚਾਰ ਕ ਐਪੀਸੋਡ ਹੋਇਆ ਪ੍ਰਾਈਮ ਪ੍ਰਵਾਸ ਨਾਂ ਦਾ ਪ੍ਰੋਗਰਾਮ ਅਸੀਂ ਸ਼ੁਰੂ ਕੀਤਾ ਹਫਤੇ ਚ ਇੱਕ। ਉਹ ਪ੍ਰਾਈਮ ਪ੍ਰਵਾਸ ਵੀ YouTube ਤੋਂ ਜਾ ਕੇ ਤੁਸੀਂ ਲੱਭ ਲਿਓ ਉਹਦੇ ਵਿੱਚੋਂ ਵੀ ਕੁਝ ਜਾਣਕਾਰੀਆਂ ਮਿਲ ਜਾਣਗੀਆਂ ਬਾਕੀ ਜਿੱਥੇ ਤੁਸੀਂ ਗਲਾਲ ਭਾਈ ਨੂੰ ਦੱਸ ਦਿਓ ਜਿੱਥੇ ਸੇਵਾ ਲਾਉਣਗੇ ਜੀ ਉੱਥੇ ਹਾਜ਼ਰ। ਤੇ ਚੈਨਲ ਦੇ ਮਾਧਿਅਮ ਰਾਹੀਂ ਵੀ ਕਰਦੇ ਰਹਾਂਗੇ ਦੇਖੋ ਇੱਕ ਗੱਲ ਤਾਂ ਹੈਗੀ ਐ ਉਹ ਸਰਕਾਰਾਂ ਕੁਝ ਚੀਜ਼ਾਂ ਮੰਗਦੀਆਂ ਕਿ ਭਾਈ ਤੁਹਾਡੀ ਆਮਦਨ ਹੈਗੀ ਐ ਸਾਨੂੰ ਵੇਲੇ ਸਿਰ ਵੱਧ ਇਨਕਮ ਟੈਕਸ ਭਰਨਾ ਚਾਹੀਦਾ ਵੇਲੇ ਸਿਰ 2-4 ਸਾਲ ਪਹਿਲਾਂ ਥੋੜਾ ਜਿਹਾ ਬੈਂਕ ਦੇ ਵਿੱਚ ਪਤਾ ਹੀ ਆ ਕਿ ਅਗਲਿਆਂ ਨੇ ਜਦ ਪੈਸੇ ਰੱਖਣੇ ਆ ਤਾਂ ਆਈ ਚਲਾਈ ਜੀ ਕਰਦੇ ਰਹੀਏ ਦੋ ਤਿੰਨ ਹੀ ਚੀਜ਼ਾਂ ਨੇ ਬਾਕੀ ਤਾਂ ਬੱਚੇ ਦੇ ਕਾਗਜ਼ ਪੱਤਰ ਜਿਹੜੇ ਚੱਲਣੇ ਆ ਹਾਂ ਉਹ ਜਿਹੜੇ ਆ ਪੈਕੇਜ ਸਿਸਟਮ ਵਾਲੇ ਬੰਦੇ ਆ ਪੈਕੇਜ ਦੇ ਵਿੱਚੋਂ ਤਾਂ ਪੈਕੇਟ ਉਹਨਾਂ ਨੂੰ ਮਿਲਦਾ ਜੀ ਉਹ ਤਾਂ ਪੈਕੇਜ ਕਰ ਲੈਂਦੇ ਆ ਸਾਨੂੰ ਕਹਿੰਦੇ ਆ ਕਾਗਜ਼ ਸਾਰੇ ਸਾਡੇ ਹੀ ਚੱਲਣੇ ਜੇ ਤਾਂ ਅਸੀਂ ਕੋਈ ਜਾਲੀ ਕਾਗਜ਼ ਲਵਾਉਣਾ ਫੇਰ ਤਾਂ ਪਾਈ ਗੱਲ ਵੱਖਰੀ ਐ ਜੇ ਅਸੀਂ ਕਾਗਜ਼ ਸਾਰੇ ਕੋਲੋਂ ਦੇਣੇ ਫਰਦ ਕੋਲੋਂ ਦੇਣੀ ਐ ਬੈਂਕ ਦੀ ਸਟੇਟਮੈਂਟ ਕੋਲੋਂ ਦੇਣੀ ਐ ਬੱਚੇ ਦਾ ਆਇਲਸ ਦਾ ਸਰਟੀਫਿਕੇਟ ਕੋਲੋਂ ਦੇਣਾ ਐ 12ਵੀਂ ਜਮਾਤ ਦੇ ਨੰਬਰ ਕੋਲੋਂ ਦੇਣੇ ਐ ਫਿਰ ਪੈਕੇਜ ਪੂਕੇਜ ਕਰਨ ਦੀ ਲੋੜ ਨਹੀਂ ਉਹਨਾਂ ਨੂੰ 19 ਉਹਨੇ ਕ ਪੈਸੇ ਕਾਲਜ ਵਾਲੇ ਫੀਸ ਦੇ ਵਿੱਚੋਂ ਕਮਿਸ਼ਨ ਦੇ ਰੂਪ ਵਿੱਚ ਦੇ ਦਿੰਦੇ ਆ ਹਾਂ 5-10000 ਰੁਪਏ ਮੰਗਦੇ ਆ ਆਪਣੀ ਫੀਸ ਦਾ ਤਾਂ ਦੇ ਦਿਓ ਇਸ ਤੋਂ ਵੱਧ ਨਹੀਂ ਸਸ ਹੀ ਗੱਲ ਜੀ ਮਿੰਦਰ ਸਿੰਘ ਜੀ ਤੇ ਸਰ ਮੈਂ ਇੱਕ ਹੋਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਸੀ ਕਿ ਚਲੋ ਆਇਲਸ ਕਰਕੇ ਤਾਂ ਬੱਚੇ ਬਾਹਰ ਜਾ ਹੀ ਰਹੇ ਆ ਪਰ ਅੱਜ ਕੱਲ ਹਰ ਕੋਈ ਬਾਹਰ ਜਾਣ ਦੀ ਤਾਂਗ ਦੇ ਵਿੱਚ ਹੈ ਹਨਾ ਤੇ ਕਾਫੀ ਜਿਹੜੇ ਕੋਈ ਆਈਟੀਆਈ ਕਰ ਚੁੱਕਾ ਹੈ ਜਾਂ ਕੋਈ ਹੋਰ ਫੀਲਡ ਦੇ ਵਿੱਚ ਵੀ ਕੰਮ ਕਰ ਰਿਹਾ ਉਹ ਸੰਪਰਕ ਕਰਦੇ ਆ ਇਦਾਂ ਦੇ ਲੋਕਾਂ ਨਾਲ ਜਿਹੜੇ ਕਿ ਲੀਮੀਆਂ ਪ੍ਰੋਵਾਈਡ ਕਰਵਾਉਂਦੇ ਆ ਬਿੰਗੇ ਟਡੇ ਟੰਗ ਨਾਲ ਤੇ ਉਹ ਲੀਮੀਆਂ ਅਸਲੀ ਹੈ ਜਾਂ ਨਕਲੀ ਹੈ ਉਹਦੀ ਪਛਾਣ ਕਿਵੇਂ ਹੋਵੇ ਤੇ ਲੋਕਾਂ ਨੂੰ ਇਹਦੀ ਅਸਲੀਅਤ ਬਾਰੇ ਪਤਾ ਕਿਵੇਂ ਲੱਗੇ ਵੈਸੇ ਹਾਂਜੀ ਹਾਂਜੀ ਮੈਂ ਸਮਝ ਗਿਆ ਜੀ ਵੈਸੇ ਤਾਂ ਮਹਾਰਾਜ ਹੀ ਜਾਣਦਾ ਜੀ ਅਸਲੀ ਨਕਲੀ ਹਾਂਜੀ ਪਰ ਉਹਦੇ ਤਰੀਕੇ ਹੈਗੇ ਆ ਜੀ ਹੁਣ ਪਹਿਲੀ ਗੱਲ ਇਹ ਹੈ ਕਿ ਜੇ ਤਾਂ ਪੈਸੇ ਦੇ ਕੇ ਕਿਸੇ ਤੋਂ ਐਲਐਮਆਈ ਲੈਣੀ ਲੀਮੀ ਆ ਜਿਹਨੂੰ ਕਹਿ ਦਿੰਦੇ ਆ ਫਿਰ ਉਹਦੀ ਪਛਾਣ ਪਛਾਣ ਕਰਨੀ ਬਹੁਤ ਔਖੀ ਹੈ ਪੈਸੇ ਨਹੀਂ ਦੇਣੇ ਕਿਸੇ ਨੂੰ ਜਾਣੀ ਪੈਸੇ ਹਾਂ ਅੱਜ ਜੋ ਪ੍ਰਚਲਨ ਚੱਲ ਪਿਆ ਕਿ ਉੱਥੇ ਪਾਈ ਬੰਦਾ ਵਰਕ ਉਹ ਕਹਿੰਦਾ ਜੀ ਮੇਰੇ ਹੁਣ ਲੀਮੀ ਐਲ ਐਮ ਆਈ ਹੈ ਕੀ ਮੰਨ ਲਓ ਕਿਸੇ ਦਾ ਰੈਸਟੋਰੈਂਟ ਹੈ ਕਿਸੇ ਦੀ ਕੋਈ ਕਿਤਾਬਾਂ ਦੀ ਦੁਕਾਨ ਹੈ ਕਿਸੇ ਦੀ ਭਾਂਡਿਆਂ ਦੀ ਦੁਕਾਨ ਹੈ ਉਹ ਬੰਦੇ ਉੱਥੇ ਸਰਕਾਰ ਨੂੰ ਕਹਿੰਦੇ ਆ ਜੀ ਸਾਡੇ ਕੋਲ ਕੰਮਾਂ ਹੈ ਨਹੀਂ ਸਾਨੂੰ ਕੰਮਾਂ ਚਾਹੀਦਾ ਸਰਕਾਰ ਕਹਿੰਦੀ ਆ ਜੀ ਕੋਈ ਨਹੀਂ ਇੱਥੇ ਅਖਬਾਰ ਚਕੜਾਓ ਇੱਥੋਂ ਤੁਹਾਨੂੰ ਲੋਕਲ ਮਿਲ ਜੂ ਉਹ ਕਹਿੰਦੇ ਜੀ ਅਖਬਾਰ ਚਕੜਾਤਾ ਦੋ ਅਖਬਾਰਾਂ ਸਰਕਾਰ ਦੇ ਮੱਥੇ ਚੰਗੇ ਬੰਦੇ ਵੀ ਆ ਸਾਰੇ ਮਾੜੇ ਨਹੀਂ ਮੈਂ ਮਾੜਿਆਂ ਦੀ ਗੱਲ ਕਰਨ ਲੱਗਿਆ ਉਹ ਕਹਿੰਦੇ ਜੀ ਆ ਲਓ ਸਾਨੂੰ ਇਥੋਂ ਬੰਦਾ ਨਹੀਂ ਲੱਭਾ ਸਾਨੂੰ ਵਿਦੇਸ਼ ਤੋਂ ਬੰਦਾ ਮੰਗਾਉਣ ਦੀ ਆਗਿਆ ਦਿਓ ਜਾਂ ਸਾਨੂੰ ਜਿੰਨੀ ਤਨਖਾਹ ਇਹ ਮੰਗਦੇ ਅਸੀਂ ਦੇ ਨਹੀਂ ਸਕਦੇ ਫਿਰ ਸਰਕਾਰ ਉਹਨਾਂ ਨੂੰ ਉਹਨਾਂ ਦੀ ਕਪੈਸਿਟੀ ਦੇ ਮੁਤਾਬਕ 1 2 10 20 ਬੰਦੇ ਬਾਹਰੋਂ ਮੰਗਾਉਣ ਦੀ ਆਗਿਆ ਦੇ ਦਿੰਦੇ ਆ ਜਿਹੜਾ ਕਾਗਜ਼ 'ਤੇ ਸਰਕਾਰ ਦਿੰਦੀ ਹੈ ਕਿ ਚਾਰ ਬੰਦੇ ਮਗਾ ਲਓ ਉਹਨੂੰ ਐਲ ਐਮ ਆਈਏ ਕਹਿੰਦੇ ਜਿਹਨੂੰ ਲੀਮੀਆਂ ਵੀ ਕਹਿ ਦਿੰਦੇ ਆ ਹੁਣ ਉਹਦੇ ਲਈ ਜੇ ਤਾਂ ਉਹਨਾਂ ਨੂੰ ਬੰਦਾ ਸੱਚੀ ਚਾਹੀਦਾ ਉਹਨਾਂ ਨੇ ਤਾਂ ਮਗਰਮਗਰ ਤੁਰੇ ਫਿਰਨਾ ਕਿ ਭਾਈ ਆ ਜਾ ਸਾਨੂੰ ਕੰਮ ਲਈ ਬੰਦਾ ਚਾਹੀਦਾ ਤੇ ਜੇ ਅਗਲੇ ਆ ਨੇ ਸਿਰਫ ਇਹ ਕਹਿਣਾ ਕਿ ਭਾਈ 40 5000 ਡਾਲਰ ਦਿਓ ਤੁਹਾਨੂੰ ਆ ਕਾਗਜ਼ ਆਪਾ ਉਹ ਤੇ ਵੀ ਨਹੀਂ ਕਹਿ ਸਕਦਾ ਕਿ ਅਸੀਂ ਪੈਸੇ ਦਿੰਦੇ ਆ ਹਾਂ ਢੰਗ ਤਰੀਕੇ ਹੈਗੇ ਆ ਜੀ ਮੈਂ ਉਹ ਬਕਾਇਦਾ ਪ੍ਰੋਗਰਾਮ ਕਰਕੇ ਉਹਦਾ ਲਿੰਕ ਦੇ ਕੇ ਆਉਣ ਵਾਲੇ 1-2 ਹਫ਼ਤਿਆਂ ਦੇ ਵਿੱਚ ਤੁਹਾਡੇ ਤੱਕ ਕੱਪੜਾ ਕਰ ਦੂੰਗਾ ਜੀ ਮੈਂ ਹੁਣ ਤਾਂ ਨਹੀਂ ਬੋਲਣਾ ਚਾਹੁੰਦਾ ਕਿ ਇੱਕ ਵੀ ਅੱਖਰ ਮੈਂ ਅੱਗੇ ਪਿੱਛੇ ਨਹੀਂ ਕਰਨਾ ਚਾਹੁੰਦਾ ਕਿ ਕੋਈ ਬੰਦਾ ਕੱਲੂ ਸੁਣੇ ਪ੍ਰੋਗਰਾਮ ਨੂੰ ਦੇਖੇ ਉਹ ਤੋਂ ਸਰਚ ਕਰੇ ਉਹਨੂੰ ਲੱਭੇ ਨਾ ਮੈਂ ਹੁਣ ਇੱਕ ਦੋ ਬੇਨਤੀਆਂ ਜਿਹੜੀਆਂ ਤੁਹਾਨੂੰ ਜ਼ਰੂਰ ਕਰਨੀਆਂ ਹੋਰ ਇਸ ਵਿਸ਼ੇ ਤੋਂ ਵੱਖਰੀਆਂ ਕਿ ਪੰਜਾਬ ਦੇ ਵਿੱਚ ਨਾ ਹੁਣ ਜਿਹੜਾ ਸਮੱਸਿਆ ਚੱਲ ਰਹੀ ਹੈ ਸਾਨੂੰ ਪੋਲਿਟੀਕਲ ਹੋਣਾ ਪਊਗਾ ਸਿਆਸੀ ਹੋਣਾ ਪਊਗਾ ਪਹਿਲੀ ਗੱਲ ਪਰ ਸਿਆਸਤਦਾਨਾਂ ਦੇ ਮਗਰ ਨਹੀਂ ਲੱਗਣਾ ਪਊਗਾ ਨਾ ਅੱਗੇ ਆਪਾਂ ਸਿਆਸੀ ਨਹੀਂ ਸੀ ਹੁੰਦੇ ਸਿਆਸਤਦਾਨਾਂ ਦੇ ਮਗਰ ਲੱਗਦੇ ਸੀ ਮੈਂ ਤੁਹਾਨੂੰ ਇੱਕ ਰੈਡੀਅਰ ਵਾਲੇ ਬਹਿਜੋ ਮੈਂ ਇੱਕ ਬੇਨਤੀ ਤੁਹਾਨੂੰ ਜ਼ਰੂਰ ਕਰਨੀ ਹੈ ਕਿ ਅੱਜ ਤੱਕ ਆਪਾਂ ਕੀਤਾ ਕੀ ਹੈ ਕਿ ਸਾਡੀ ਐਸ ਲੀਡਰ ਨਾਲ ਬਹੁਤ ਬਣਦੀ ਹੈ ਉਹ ਤਾਂ ਸਾਡੇ ਨਾਲ ਆਉਂਦੇ ਅਸੀਂ ਉਹਨਾਂ ਦੇ ਰਹਿਣਾ ਇਦਾਂ ਨਹੀਂ ਹੁਣ ਜਿਹੜਾ ਬੰਦਾ ਗਲਤ ਕਰਦਾ ਉਹਨੂੰ ਗਲਤ ਕਹਿਣਾ ਪਊਗਾ ਦੂਸਰੀ ਗੱਲ ਚਾਹੇ ਕਿਸਾਨ ਅੰਦੋਲਨ ਸੀ ਤੁਹਾਡੇ ਪਿੰਡ ਨੇ ਬਹੁਤ ਸਹਿਯੋਗ ਦਿੱਤਾ ਅਸੀਂ ਕਬਰ ਵੀ ਕਰਦੇ ਰਹੇ ਉਹਦੇ ਲਈ ਤੁਹਾਡਾ ਧੰਨਵਾਦ ਜੰਗੇਣਾ ਸਾਹਿਬ ਆ ਗਿਆ ਠੀਕ ਹੈ ਜੀ ਤੇ ਤੁਹਾਡੇ ਪਿੰਡ ਨੇ ਸਹਿਯੋਗ ਦਿੱਤਾ ਪਰ ਅਸੀਂ ਕਾਨੂੰਨ ਥੋੜਿਆ ਨਹੀਂ ਪੜੇ ਥੋੜਿਆ ਨੇ ਪੜੇ ਮੈਂ ਮੈਂ ਤਾਂ ਮੈਂ ਨਹੀਂ ਪੜਿਆ ਮੈਂ ਇਹਦਾ ਕਹਿ ਦੇਣਾ ਫਿਰ ਸਾਰੇ ਕਹਿੰਦੇ ਨਹੀਂ ਪੜੇ ਜੀ ਉਹਦੇ ਤੋਂ ਬਾਅਦ ਆ ਪਾਣੀਆਂ ਦਾ ਮੁੱਦਾ ਆਉਂਦਾ ਹੁੰਦਾ ਰਾਈਪੇਰੀਅਨ ਕਾਨੂੰਨ ਹੈ ਜੀ ਅਸੀਂ ਨਹੀਂ ਪੜਿਆ ਜਦੋਂ ਅਸੀਂ ਪੜਦੇ ਨਹੀਂ ਜਾਂ ਤਾਂ ਅਸੀਂ ਪੱਤਰਕਾਰ ਦੇ ਮਗਰ ਲੱਗਾਂਗੇ ਕਿ ਭਾਈ ਬਾਠ ਟੀਵੀ ਤੇ ਬੋਲ ਗਿਆ ਠੀਕ ਹੀ ਬੋਲ ਗਿਆ ਹੁਣ ਜਾਂ ਅਸੀਂ ਆਪਣੀ ਪਸੰਦ ਦੇ ਲੀਡਰ ਦੇ ਬੋਲ ਸੁਣਾਂਗੇ ਅਸੀਂ ਉਹਦੇ ਮਗਰ ਲੱਗਾਂਗੇ ਜਾਂ ਟੀਵੀ ਦੀ ਇੱਕ ਅਧੀ ਡਿਬੇਟ ਸੁਣ ਕੇ ਉਹ ਸਾਡਾ ਆਪਣਾ ਫੈਸਲਾ ਨਹੀਂ ਉਹ ਕਿਸੇ ਇੱਕ ਬੰਦੇ ਦਾ ਮਾਈਂਡ ਸੈਟ ਹੈ ਜਿਹੜਾ ਅਸੀਂ ਆਪਣਾ ਮਾਈਂਡ ਸੈਟ ਬਣਾ ਲਿਆ ਸਾਨੂੰ ਇਸ ਗੱਲ ਨੇ ਮਾਰਿਆ ਬੜੀਆਂ ਸਕੀਮਾਂ ਨੇ ਮੈਂ ਹੋਰ ਦੱਸਦਾ ਵਜੀਫੀਆਂ ਦੀਆਂ ਬਹੁਤ ਸਕੀਮਾਂ ਨੇ ਕੇਂਦਰ ਸਰਕਾਰ ਦੀਆਂ ਸੂਬਾ ਸਰਕਾਰ ਦੀਆਂ ਬੜੀਆਂ ਵਜੀਫੀਆਂ ਦੀਆਂ ਸਕੀਮਾਂ ਸਾਨੂੰ ਪਤਾ ਹੀ ਨਹੀਂ ਨਾ ਕੋ ਸਰਕਾਰੀ ਕਰਮਚਾਰੀ ਦੱਸਦਾ ਨਾ ਅਸੀਂ ਵੈਬਸਾਈਟ ਫੋਲਦੇ ਆ ਸਾਡੀ ਸਮੱਸਿਆ ਕਿੱਥੇ ਖਲੋਤੀ ਹੈ ਕੋਈ ਵੀ ਫਾਰਮ ਹੈ ਕਹਿੰਦਾ ਬਿਜਲੀ ਦਾ ਲੋਡ ਵੀ ਬਤਾਉਣਾ ਮੈਂ ਖੁਦ ਵੀ ਇਹ ਕਰਦਾ ਰਿਆਂ ਅਸੀਂ ਫਾਰਮ ਆਪ ਨਹੀਂ ਭਰਦੇ ਸਾਡਾ ਇੱਕ ਹੱਟੀ ਵਾਲਾ ਸੈੱਟ ਹੁੰਦਾ ਯਾਰ ਉਹ ਫਾਰਮ ਭਰ ਦਿੰਦਾ ਫਾਰਮ ਉੱਥੋਂ ਮਿਲਦਾ ਫਾਰਮ ਤਾਂ ਸਾਰੇ ਡਾਊਨਲੋਡ ਹੁੰਦੇ ਆ ਤੇ ਇੰਟਰਨੈਟ ਸਾਡੀ ਜੇਬ 'ਚ ਆ ਮੋਬਾਈਲ ਦੇ ਵਿੱਚ ਆ ਪ੍ਰਿੰਟਰ ਜੇ ਘਰ ਦੇ ਵਿੱਚ ਨਹੀਂ ਹੋਊ ਗਵਾਂਡੀਆਂ ਦੇ ਹੋਊ ਜੁਗਾਂਡੀਆਂ ਪਿੰਡ 'ਚ ਇੱਕ ਦਾ ਪ੍ਰਿੰਟਰ ਜ਼ਰੂਰ ਹੋਊਗਾ ਉਹਦੇ ਤੋਂ ਅਗਲੀ ਸਮੱਸਿਆ ਪਿੰਡ ਦੇ ਵਿੱਚ ਅਸੀਂ ਲਾਇਬ੍ਰੇਰੀ ਖੁਲਾਉਣ ਦੀ ਗੱਲ ਘੱਟ ਕਰਦੇ ਆ ਪਿੰਡ ਦੇ ਵਿੱਚ ਸਮੱਸਿਆ ਕਿਹੜੀ ਐ ਉਧਰਲੇ ਪਾਸੇ ਜਾਣ ਦੀ ਘਟ ਹੈ ਗਲੀ ਨਾਲੀ ਉਹ ਗਲੀ ਨਾਲੀ ਦੇ ਵਿੱਚੋਂ ਥੋੜਾ ਜਿਹਾ ਬਾਹਰ ਨਿਕਲਣਾ ਪਊਗਾ ਬਣਜੂ ਲੇਟ ਬਣਜੂ ਪਜਾਮਾ ਟਾਂਕੇ ਲੰਘ ਜਾਗੇ ਤਾਂ ਕੀ ਹੋਇਆ ਉਹ ਉਹਦੇ ਨਾਲ ਸਮੱਸਿਆ ਹੱਲ ਨਹੀਂ ਹੋਣੀ ਅਸੀਂ ਲੀਡਰਾਂ ਨੂੰ ਸਵਾਲ ਕਰਨਾ ਸਿੱਖ ਲਿਆ ਪਰ ਸਵਾਲ ਬਹੁਤ ਲੋਕਾਂ ਨੇ ਸਵਾਲ ਗਿਆ ਰੌਲਾ ਪਾਇਆ ਇਲੈਕਸ਼ਨ ਤੋਂ ਪਹਿਲਾਂ ਯਾਰ ਸਵਾਲ ਕਰੋ ਸਵਾਲ ਕਰੋ ਸਤਕਾਰ ਵੀ ਕਰੋ ਸਵਾਲ ਕਰੋ ਪਰ ਸਵਾਲ ਕਰਾਂਗੇ ਕਿੱਦਾਂ ਜੇ ਪੜਾਂਗੇ ਹੀ ਨਹੀਂ ਜੇ ਸਾਨੂੰ ਪਤਾ ਨਹੀਂ ਹੋਊਗਾ ਕਿਹੜਾ ਸਵਾਲ ਕਰਨਾ ਹੁਣ ਅੱਜ ਇੱਕ ਸੱਜਣ ਸੀ ਧਰਾਂਗ ਵਾਲੇ ਚ ਉਹ ਕਹਿੰਦੇ ਜੀ ਮੇਰੇ ਮਗਰ 50 ਵੋਟਾਂ ਸਾਡੀ ਜੇ ਗੱਲ ਨਾ ਕੀਤੀ ਯਾਰ 2.5 ਲੱਖ ਤਾਂ ਵੋਟ ਆ ਹਲਕੇ ਤੇਰੀਆਂ 50 ਨੂੰ ਕੀ ਕਰੂਗਾ ਬੰਦਾ ਮਸਲਾ ਇਹ ਨਹੀਂ ਹਰ ਇੱਕ ਬੰਦੇ ਦਾ ਆਪਣਾ ਮੁੱਲ ਹੈ ਸਾਨੂੰ ਥੋੜਾ ਜਿਹਾ ਪੜਨਾ ਪਊਗਾ Google ਕਰ ਲਓ ਪੰਜਾਬੀ ਚ ਉਹ ਦੱਸ ਦਿੰਦੇ ਐ ਆਲੇ ਦੁਆਲੇ ਜੋ ਕੁਝ ਵੀ ਹੋ ਰਿਹਾ ਮੈਂ ਇੱਕ ਬੇਨਤੀ ਹੋਰ ਜਿਹੜੀ ਕਰਨੀ ਹੈ ਹੋ ਸਕਦਾ ਮੈਡੀਕਲ ਲਾਈਨ ਨਾਲ ਸੰਬੰਧਤ ਕੋਈ ਸੱਜਣਾ ਇੱਥੇ ਬੈਠੇ ਹੋਣ ਮੈਨੂੰ ਨਹੀਂ ਪਤਾ ਕਿ ਜੇ ਮੇਰਾ ਬੀਪੀ ਘਟਦਾ ਜਾਂ ਵੱਧਦਾ ਜਾਂ ਮੈਨੂੰ ਜੇ ਕੈਲਸ਼ੀਅਮ ਦੀ ਜਾਂ ਕਿਸੇ ਵੀ ਚੀਜ਼ ਦੀ ਕਿਸੇ ਵਿਟਾਮਿਨ ਦੀ ਘਾਟ ਹੈ ਮੈਂ ਟੈਸਟ ਕਰਾ ਲਿਆ ਅਸੀਂ ਸਿੱਧੇ ਦਵਾਈ ਲੈਣ ਜਾਂਦੇ ਆਂ ਦਵਾਈ ਕਾਦੀ ਬਣਦੀ ਐ ਗੋਲੀ ਉਹ ਕਿਸੇ ਪਦਾਰਥ ਦੀ ਬਣਦੀ ਐ ਉਹ ਸਾਨੂੰ ਪਤਾ ਨਹੀਂ ਅਜੇ ਤੱਕ ਕਿ ਭਾਈ ਉਹ ਜਿਹੜੀ ਸਾਡੀ ਕਮਜ਼ੋਰੀ ਐ ਘਰ ਦੀ ਕਿਹੜੀ ਚੀਜ਼ ਦੇ ਨਾਲ ਦੂਰ ਹੋ ਸਕਦੀ ਐ ਅੱਗੇ ਤਾਂ ਪੱਥਰ ਚੱਟਦਾ ਪਤਾ ਰੱਖ ਲਈਦਾ ਸੀ ਅੱਗੇ ਬੀਬੀਆਂ ਕਹਿੰਦੀਆਂ ਬਾਏ ਹੋਈ ਐ ਹੁਣ ਠੰਡ ਆ ਗਈ ਐ ਆ ਕਰ ਲਓ ਇਹਦੀਆਂ ਪਿੰਨੀਆਂ ਕਰ ਲਓ ਉਹਨਾਂ ਨੂੰ ਪਤਾ ਸੀ ਸਾਡੇ ਬਜ਼ੁਰਗਾਂ ਨੂੰ ਕਿ ਭਾਈ ਆ ਘਾਟੇ ਦੇ ਨਾਲ ਦੂਰ ਹੋਣੀ ਐ ਅਸੀਂ ਸਾਰਾ ਡਾਕਟਰਾਂ ਦੇ ਉੱਤੇ ਨਿਰਪਰ ਹੋ ਗਏ ਅਸੀਂ ਸਿਆਣਿਆਂ ਤੇ ਨਿਰਪਰ ਹੋ ਗਏ ਉਹਦੇ ਨਾਲ ਸਾਡੀਆਂ ਸਮੱਸਿਆਵਾਂ ਵਧੀਆਂ ਹੁਣ ਅੰਗਰੇਜ਼ੀ ਦਵਾਈਆਂ ਦੇ ਨਾਲ ਦੋ ਗੋਲੀਆਂ ਦੇ ਨਾਲ ਚਾਰ ਦਿੰਦੇ ਕਹਿੰਦੇ ਜੀ ਗੈਸ ਹੁਣੀਆ ਗੈਸ ਹਟਾਉਣ ਲਈ ਆਹ ਗੋਲੀ ਮੈਂ ਮਾੜਾ ਨਹੀਂ ਕਹਿੰਦਾ ਉਹਨਾਂ ਨੂੰ ਪਰ ਸਾਨੂੰ ਸਮਾਰਟ ਹੋਣਾ ਪਊਗਾ ਘਟੋ ਘਟ ਤਿੰਨ ਟਾਈਮ ਰੋਟੀ ਖਾਣੀ ਦੋ ਟਾਈਮ ਰੋਟੀ ਖਾਣੀ ਐ ਸਾਨੂੰ ਪਤਾ ਤਾਂ ਹੋਵੇ ਕਿ ਪਾਈ ਜੇ ਮੇਰਾ ਸਿਰ ਦੁਖਦਾ ਜੇ ਮੇਰੇ ਗੈਸ ਬਣਦੀ ਐ ਜੇ ਮੇਰੇ ਪੱਥਰੀ ਹੁੰਦੀ ਉਹਦਾ ਕਾਰਨ ਕੀ ਐ ਕੋਈ ਚੀਜ਼ ਘਟਾ ਲਈਏ ਤੇ ਕੋਈ ਵਧਾ ਲਈਏ ਉਹ ਕਿੱਥੋਂ ਪਤਾ ਲਗਣੀ ਕਿਤਾਬਾਂ ਛਪੀਆਂ ਪਈਆਂ ਕਿਤਾਬਾਂ ਪੜ੍ਹੀਏ ਸਾਲ ਦੇ ਵਿੱਚ ਇੱਕ ਡਾਕਟਰ ਲਿਆ ਕੇ ਅਸੀਂ ਪਿੰਡ ਦੇ ਵਿੱਚ ਗੁਰੂ ਘਰ ਦੇ ਵਿੱਚ ਹੀ ਡਾਕਟਰ ਦਾ ਭਾਸ਼ਣ ਦਵਾਈਏ ਸਾਡੇ ਬੱਚੇ ਜਿਹੜੇ ਨੇ ਬਹੁਤ ਬਿਮਾਰ ਹੁੰਦੇ ਹੁਣ ਛੋਟੇ ਬੱਚੇ ਵੀਰਾ ਆਪਦਾ ਵੀ ਸਾਡੀਆਂ ਬੀਬੀਆਂ ਨੂੰ ਪਤਾ ਹੋਣਾ ਚਾਹੀਦਾ ਕਿ ਉਹਨਾਂ ਨੇ ਬੱਚੇ ਦੇ ਜਨਮ ਤੋਂ ਪਹਿਲਾਂ ਕਿਹੜੀ ਕਿਹੜੀ ਚੀਜ਼ ਚੰਗੇ ਤਰੀਕੇ ਖਾਣੀਆਂ ਐ ਐਕਸਰਸਾਈਜ਼ ਕਿਹੜੀ ਕਰਨੀਆਂ ਜਦੋਂ ਬੱਚਾ 6 ਮਹੀਨੇ ਦਾ ਐ ਸਾਲ ਦਾ 1.5 ਸਾਲ ਦਾ ਉਹਨੂੰ ਕਿਹੜੇ ਕਿਹੜੇ ਪਦਾਰਥ ਦੇਣੇ ਐ ਕਿ ਉਹਦਾ ਦਿਮਾਗ ਵੀ ਵਧੀਆ ਹੋਵੇ ਸਰੀਰ ਵੀ ਵਧੀਆ ਹੋਵੇ ਉਹਦੀ ਮ사ਜ ਮਾਲਸ਼ ਵੀ ਕਰਨੀ ਐ ਤਾਂ ਕਿਵੇਂ ਕਰਨੀ ਐ ਕਿਹੜੇ ਤੇਲ ਨਾਲ ਕਰਨੀ ਐ ਸਾਨੂੰ ਤੰਦਰੁਸਤ ਬੱਚੇ ਤੇ ਤੰਦਰੁਸਤ ਜਵਾਨਾਂ ਦੀ ਲੋੜ ਐ ਮੇਰੇ ਵਰਗੇ ਨੇ ਕੀ ਖੜਨਾ ਕਈ ਦਾ ਇੱਕ ਟੱਪ ਨਹੀਂ ਵੱਜਣਾ ਇਸ ਕਰਕੇ ਉਹ ਚੀਜ਼ਾਂ ਅਸੀਂ ਦੂਸਰਿਆਂ ਤੇ ਨਿਰਭਰ ਹੋ ਗਏ ਅਸੀਂ ਕਾਰ ਦੀ ਸਰਵਿਸ ਕਰਾਉਣੇ ਛੇ ਮਹੀਨੇ ਅਸੀਂ ਉਹ ਤੇਲ ਪਾਉਣੇ ਸਵੇਰੇ ਉੱਠ ਕੱਪੜਾ ਮਾਰਦੇ ਆਪਣੇ ਤੇ ਮਾਰਦੇ ਹੀ ਨਹੀਂ ਆਪਣੇ ਮੂੰਹ ਤੇ ਉਹ ਕਰੀਮ ਲਾ ਲੈਨੇ ਆ ਉਹ ਪਰਫਿਊਮ ਪਾ ਲੈਨੇ ਆ ਉਹ ਡਿਊਡਰੈਂਟ ਪਾ ਲੈਨੇ ਆ ਜਿਹੜਾ ਸੋਦਾ ਹੀ ਨੁਕਸਾਨ ਹੈ ਆਪਦੀ ਮਸ਼ੀਨ ਬਾਰੇ ਸੋਚਿਆ ਨਹੀਂ ਸਭ ਤੋਂ ਪਹਿਲਾਂ ਆਪਦੀ ਮਸ਼ੀਨ ਬਾਰੇ ਸੋਚੀਏ ਅਸੀਂ ਆਂਡੀਆਂ ਗਵਾਂਡੀਆਂ ਨੂੰ ਦੱਸਣ ਜੋਗੇ ਹੋਈਏ ਕਿ ਭਾਈ ਘਰ ਦੇ ਵਿੱਚ ਚਾਰ ਪੰਜ ਚੀਜ਼ਾਂ ਆ ਲਾ ਕੇ ਰੱਖੋ ਆ ਚੀਜ਼ ਹੁੰਦੀ ਆ ਤਾਂ ਦੋ ਪੱਤੇ ਇਹਦੇ ਤੋੜ ਕੇ ਖਾ ਲੋ ਅੱਧਾ ਕੰਮ ਗੋਲੀ ਵਾਲਾ ਉਹਨੇ ਕਰ ਦੇਣਾ ਸਾਡਾ ਬਹੁਤਾ ਸਮਾਂ ਮੈਡੀਕਲ ਸਟੋਰਾਂ ਤੇ ਹਸਪਤਾਲਾਂ ਚ ਬੀਤ ਰਿਹਾ ਕੋਈ ਮਰੀਜ਼ ਪਿਆ ਕੋਈ اٹੈਂਡੈਂਟ ਹੈ ਬਾਕੀ ਮੇਰੇ ਵਰਗਾ ਖਬਰ ਲੈਣ ਤੁਰੀ ਜਾਂਦਾ ਯਾਰ ਖਬਰ ਲੈਣ ਜਾਣਾ ਕਾਲੂ ਬੰਦਾ ਮੂੰਹ ਮੱਥੇ ਲੱਗਦਾ ਮੂੰਹ ਮੱਥੇ ਲੱਗਣ ਦੇ ਵਿੱਚ ਹੀ ਸਮਾਂ ਗਵਾਈ ਜਾਂਦੇ ਆ ਸੋ ਇਧਰਲੇ ਪਾਸੇ ਨੂੰ ਧਿਆਨ ਦਈਏ ਲੜਾਂਗੇ ਕਿਹਦੇ ਨਾਲ ਧਰਮ ਨੂੰ ਖਤਰਾ ਜੀ ਪੰਜਾਬ ਨੂੰ ਖਤਰਾ ਜੀ ਪਾਣੀ ਨੂੰ ਖਤਰਾ ਜੀ ਖਤਰਾ ਤਾਂ ਹੈਗਾ ਲੜਨ ਜੋਗੇ ਹੋਵਾਂਗੇ ਤਾਂ ਲੜਾਂਗੇ ਜੇ ਲੜਨ ਜੋਗੇ ਨਾ ਹੋਏ ਜੇ ਹਸਪਤਾਲਾਂ ਦੇ ਵਿੱਚ ਹੀ ਹੋਏ ਤਾਂ ਲੜਾਂਗੇ ਕਿੱਦਾਂ ਇਸ ਕਰਕੇ ਇਹ ਜ਼ਰੂਰ ਮੇਰੀ ਬੇਨਤੀ ਜੇ ਹੋ ਸਕੇ ਪ੍ਰਵਾਨ ਕਰਿਓ